ਦੇਖ ਲੈ ਪਾਣੇ ਕਿੰਨੀ ਠੰਡ ਹੋਈ ਪਈ ਆ ਮੈਂ ਤਾਂ ਜਾਣਾ ਸੀ ਤੇ ਜਾਣ ਲੱਗੋ ਹੀ ਜਾਂਦੀ ਆ ਹੁਣ ਵੀ ਦੱਸ ਕਿਵੇਂ ਜਾਵਾਂ ਕੋਈ ਗੱਲ ਨਹੀਂ ਮਸਾ ਤਾਂ ਆਇਓ ਮੈਂ ਤਾਂ ਕਹਿੰਦੀ ਸੀ ਦੋ ਦਿਨ ਹੋਰ ਰਹਿ ਪਾਣਦੇ ਤੁਸੀਂ ਨਹੀਂ ਕਾਣੂ ਪਹਿਣੇ ਦੋ ਦਿਨ ਰਹੀਦਾ ਤੈਨੂੰ ਪਤਾ ਇੱਕ ਤਾਂ ਕਲਦੀਪ ਦੀ ਰੋਟੀ ਦਾ ਔਖਾ ਹੋ ਜਾਂਦਾ ਫਿਰ ਇੱਕ ਪਸੂ ਠੰਡਿਆਂ ਦਾ ਵੀ ਆ ਉੱਤੋਂ ਧੁੰਦ ਧਾਰ ਹੈ ਕੋਈ ਲੱਕੜ ਵਾ ਲੈਣ ਵੀ ਸਾਹਮਣਾ ਜਾ ਕੇ ਹੋਰ ਇਹ ਤਾਂ ਗੱਲ ਠੀਕ ਹੈ ਭੈਣ ਜੀ ਕਾਸੇ ਬਿਣਾ ਨਹੀਂ ਸਰਦਾ ਚਲ ਆ ਗਈ ਐਨਾਂ ਹੀ ਬਥੇਰਾਗਾ ਹਰਪ੍ਰੀਤ ਹਾਂ ਜੀ ਮੇ ਸੱਚ ਕਰ ਲ ਤੂੰ ਕੀ ਕਹੀ ਜਾਂਦੀ ਸੀ ਕਾਲੇ ਨੂੰ ਰੋਲਾ ਜਪਾਈ ਜਾਂਦੀ ਸੀ ਅਸੀਂ ਤਾਂ ਅਬਦੇ ਰਾਜ ਰੌਲੇ ਚ ਭੁੱਲ ਗੀਆਂ ਦੁੱਖ ਸੁੱਖ ਬਿੱੱਡ ਕੇ ਬਹਿ ਗਈਆਂ ਕੀ ਦੱਸਾਂ ਮਾ ਹਜੇ ਵੀ ਨਹੀਂ ਟਿਕਦੀ ਦੇਖ ਲੈ ਮਨਿੰਦਰ ਮੈਂ ਜੇ ਤੁਹਾਨੂੰ ਕਹਿ ਕਿ ਕਿਸੇ ਨੇ ਮੇਰਾ ਸੂਟ ਫੜ ਲਿਆ ਮੋ ਤਾਂ ਫੋਨ ਆਇਆ ਸੀਗਾ ਫਿਰ ਰਾਸਤੇ 'ਚ ਮਿਲ ਗਈ ਜਿਹੜੀ ਮਾਂ ਦੀ ਪੈਨਸ਼ਨ ਆਉਂਦੀ ਐ ਵੀ ਉਹਦਾ ਸੂਟ ਲਿਆ ਲੈ ਕੇ ਸਵਾਉਣੀ ਐ ਤੂੰ ਨਹੀਂ ਪੁੱਤ ਇਹ ਤਾਂ ਉਹੀ ਹਕਾਰੀ ਐ ਤੂੰ ਕਿਹੜਾ ਫੜਦੀ ਨਹੀਂ ਸੀ ਕਹ ਰਪੀਏ ਮੰਮੀ ਉਹ ਤਾਂ ਬਥੇਰਾ ਕੁਝ ਬੋਲਦੀ ਸੀ ਕਹਿੰਦੀ ਸਾਰਾ ਘਰਬਾਰ ਹੁਣ ਤਾਂ ਤੇ ਨਾਮ ਕਰਾ ਲੈ ਮਾਂ ਤਾਂ ਆਜ ਨਾਮ ਕਰਵਾ ਲੋਂਗੇ ਕਾਲਾ ਕਰਵਾ ਲੋਂਗੇ ਬਥੇਰਾ ਚਲਾ ਕੇ ਕਹਿੰਦੀ ਲੈ ਦੇਖ ਲੈ ਭੈਣ ਜੀ ਐਂ ਕਰਦੀ ਐ ਫਿਰ ਨੇ ਹਜੇ ਵੀ ਨੱਕ ਨੀ ਮਾਨੀ ਕਰਦੀ ਆਇਨੇ ਕਹਿੰਦੀ ਵੀ ਜਿਹੜਾ ਕੁਝ ਬਰਿਆ ਵਤ ਰਿਆ ਵੀ ਨਾ ਮੈਨੂੰ ਦਿੰਦੇ ਆ ਮੈਂ ਲੈ ਲਾਂ ਫਿਰ ਬੁੜੀਆਂ ਦੇ ਪੈਰੋਂ ਘਰ ਪੱਟੇ ਜਾਂਦੇ ਆ ਐਵੇਂ ਤਾਂ ਨਹੀਂ ਸਿਆਣਿਆਂ ਨੇ ਆਖਿਆਗਾ ਹੁਣ ਵੇਖ ਲਾ ਉਹ ਲਾਡੀ ਕੀ ਗੱਲਾਂ ਕਰਦਾ ਫਿਰਦਾ ਉਹ ਆਪ ਕੀ ਗੱਲਾਂ ਕਰਦੀ ਐ ਇਹ ਤਾਂ ਗੱਲ ਅੱਗ ਪਾਉਂਦੀ ਐ ਅੱਗ ਜਮਾ ਗੱਲ ਉਹ ਨਹੀਂ ਕਰਨ ਦਿੰਦੀ ਐ ਤਾਂ ਇਹ ਤਾਂ ਇਹ ਤਾਂ ਕਹਿੰਦੀ ਜਿੰਨਾ ਹੋ ਸਕੇ ਇਹਨਾਂ ਨੂੰ ਪੜਾਪੜਾ ਮਾਰੀ ਜਾਵਾਂ ਨਾ ਪੜਾਪੜਾ ਤਾਂ ਮਾਰੀ ਜਾਊ ਸਵੇਰ ਨੂੰ ਲਾਡੀ ਨੂੰ ਠੂਠਾ ਫੜਾ ਦਊਗੀ ਫਿਰ ਮੰਗਣ ਤਾਂ ਉਹਨੂੰ ਤੋਰੂਗੀ ਆਪ ਤਾਂ ਬੈਜੂਗੀ ਘਰੇ ਬਹੁਤ ਸੁੱਲੀਆਂ ਮੈਂ ਉਹਦੀਆਂ ਪਹਿਲਾਂ ਤਾਂ ਮੈਂ ਬੋਲਦੀ ਨਹੀਂ ਨਪਰ ਹੁਣ ਮੈਥੋਂ ਕੀ ਕੁਝ ਲੈ ਲੈਣਗੇ ਜਦੋਂ ਹੁਣ ਉਹ ਟਿਕਦੀ ਨਹੀਂ ਇਹਨੂੰ ਰਾਹ ਜਾਂਦੀ ਨੂੰ ਘੇਰਦੀ ਐ ਇਹਦੇ ਨਾਲ ਤਾਂ ਗੱਲ ਕਰਨ ਦਾ ਉਹਦਾ ਮਤਵ ਨਹੀਂ ਸੀ ਭੈਣੀ ਆਪਾਂ ਕਿਹੜਾ ਉਹਦੇ ਮੂੰਹ ਨੂੰ ਦੇਣਾ ਆਪਾਂ ਤਾਂ ਲੋਕਾਂ ਦੀ ਸ਼ਰਮ ਨੂੰ ਦੇਣਾ ਵੀ ਚੱਲ ਜਿਹੜਾ ਹਿੱਸਾ ਵੰਡਦਾ ਭਾਈ ਦਿਓ ਆਪਾਂ ਐਵੇਂ ਨਾ ਕਹਾਓ ਕਿਸੇ ਤੋਂ ਭੈਣ ਜੀ ਉਹ ਤਾਂ ਗੱਲ ਠੀਕ ਐ ਉਹਦੇ ਵੀ ਤੁਸੀਂ ਕਹਿਗੇ ਵੀ ਦੋਨੇ ਪੁੱਤਾਂ ਨੂੰ ਇੱਕੋ ਜਿਹਾ ਕਰ ਦੋ ਮੈਂ ਤਾਂ ਕਰਨ ਨੂੰ ਤਿਆਰ ਆ ਪਰ ਇਹ ਜਨਾਨੀ ਨਹੀਂ ਕਰ ਲਿੰਦੀ ਚੱਲ ਕੋਈ ਨਹੀਂ ਚੰਗੇ ਲੱਗਦੇ ਆ ਬੁਲਾ ਲੂਗੀ ਨਹੀਂ ਮਨਾ ਬੁਲਾਉ ਪਰ ਤੂੰ ਆਪਦੇ ਕਰਨੋਂ ਨਾ ਕੋਈ ਲਾਂਬਾ ਲਈ ਮੈਂ ਤੈਨੂੰ ਦੱਸਾਂ ਤੂੰ ਵੀ ਕੁੜਕਾ ਜੇ ਕੋਈ ਰਾਹ ਤੇੜਾ ਟੱਕਰਦੀ ਆ ਬੋਲਿਆ ਨਾ ਕਰ ਬਸ ਬੋਲਣ ਦੀ ਲੋੜ ਨਹੀਂ ਮਾਂ ਮਾਂ ਉਹਦਾ ਕੀ ਮਤਲਬ ਹੈ ਮੈਨੂੰ ਰਾਹ ਚ ਬੁਲਾਉਂਦਾ ਜਾਣ ਜਾਣ ਕੇ ਆ ਕੇ ਪੰਗੇ ਲੈਂਦੀ ਆ ਕੁੜੇ ਹੋ ਤਾਂ ਇਹ ਜੀ ਹੈਗੀ ਆ ਜੇ ਕਿਸੇ ਨੇ ਸੁਣ ਲਿਆ ਸਾਨੂੰ ਕੀ ਆਖੂ ਕੋਈ ਆ ਫਲਾਨਾਂ ਦੀਆਂ ਨੋਹਾਂ ਬੀਹੀ ਚ ਖੜ-ਖੜ ਲੜਦੀਆਂ ਪੁੱਤ ਕਰਤੂਤ ਕੱਢੀ ਦੀ ਹੁੰਦੀ ਆ ਇਹ ਨਹੀਂ ਕਰਦੇ ਹੁੰਦੇ ਮਾਂ ਤੈਨੂੰ ਵੀ ਪਤਾ ਅੱਗੇ ਮੈਂ ਕਿੰਨਾ ਕੁ ਬੋਲਦੀ ਸੀਗੀ ਭੈਣ ਜੀ ਇਹਨਾਂ ਨੇ ਕਦੇ ਮੈਥੋਂ 1 ਰੁਪਿਆ ਨਹੀਂ ਲਿਆ ਕਹਿੰਦੇ ਮਾਂ ਤੇਰੇ ਪੈਸੇ ਤੇਰੇ ਕੋਲੇ ਰੱਖ ਉਹ ਆਉਂਦੀ ਮਗਰੋਂ ਸੀ ਫੜਦੀ ਪਹਿਲਾਂ ਸੀ ਲਿਆ ਸਾਨੂੰ ਫੜਾ ਮੈਨੂੰ ਦਵਾਈ ਨੂੰ 1 ਰੁਪਿਆ ਨਹੀਂ ਸੀ ਦਿੰ ਨੇ ਹੁੰਦਾ ਪੈਣੇ ਹੁਣ ਜਾਣ ਕੇ ਤੂੰ ਤਾਂ ਨਾਉਂਦੀ ਅਗਲੀ ਸੌ ਕੁਸ ਕਹੂਗੀ ਬਸ ਤੈਨੂੰ ਮੈਂ ਕਹਤਾ ਕੁੜਗੇ ਤੂੰ ਨਾ ਬੋਲ ਬੋਲ ਉਹਦੇ ਮੂਰੇ ਕੋਈ ਲੋੜ ਨਹੀਂ ਪਕਾਈ ਕਰਨ ਦੀ ਜੇ ਇਧਰ ਦੀ ਨੰਗਦੀ ਚੁੱਪ ਕਰਕੇ ਇਧਰ ਦੀ ਨੰਗ ਜਾ ਹੁਣ ਨਹੀਂ ਮਾਂਵੇਂ ਚੁੱਪ ਰਹਿੰਦੀ ਜੇ ਮੈਨੂੰ ਬੁਲਾਉਗੀ ਮੈਂ ਤਾਂ ਬੋਲੂਗੀ ਨਾ ਜਦੋਂ ਤੂੰ ਕਾਲੇ ਨੂੰ ਦੱਸਿਆ ਫਿਰ ਕਾਲਾ ਨਹੀਂ ਬੋਲਿਆ ਕੁਛ ਕਾਲਾ ਕਹਿੰਦਾ ਲਾਡੀ ਨਾਲ ਗੱਲ ਕਰਦਾ ਪਤਾ ਨਹੀਂ ਉਹਨਾਂ ਨੇ ਕੀ ਗੱਲ ਕੀਤੀ ਲਾਡੀ ਨਾਲ ਲੈ ਬੰਦੇ ਲੜਾਉਣ ਵਾਲੀਆਂ ਗੱਲਾਂ ਕਰਦੀ ਆ ਵੀ ਫੇਰ ਝੂਟੋ ਝੂਟੀ ਹੋ ਜਾਣ ਦੋਨੇ ਭਰਾ ਕਰ ਨਹੀਂ ਮੰਨਦੀ ਭੋਰਾ ਵੀ ਉਹਦੀ ਮਾਂ ਬਸ ਜਿਹੇ ਜਿਹੇ ਵਹਿਬ ਤਾਂ ਸਿਖਾਉਂਦੀ ਐ ਉਹੇ ਜਿਹਿਆਂ ਕਰੀ ਜਾਂਦੀ ਐ ਇਹ ਕਿਹੜਾ ਟਿਕਦੀ ਐ ਨੀ ਪਹਿਣਣਾ ਮਾਂ ਹੁਣ ਇੱਕ ਨਹੀਂ ਹੋਣਾ ਉਹ ਤਾਂ ਐਂ ਕਹਿੰਦੇ ਐ ਡੋਪਾਟੀ ਰਹੀ ਐ ਬਸ ਤੁਸੀਂ ਨਾ ਭਾਈ ਇੱਕ ਹੋਇਓ ਆਪਦਾ ਤੂੰ ਆਲੀ ਤੇਰੀ ਮਾਂ ਤੇਰੇ ਕਰਨੀ ਹੈਗੀ ਆ ਆਦਿਆਂ ਪਕਾਓ ਤੇ ਖਾਓ ਫਿਰ ਕੀ ਕਲੇਸ਼ ਚ ਪਾ ਕੇ ਤੁਸੀਂ ਲੈਣਾ ਇੱਕ ਹੋ ਕੇ ਮੇਰੀ ਗੱਲ ਸੁਣੋ ਭੈਣ ਜੀ ਐਂ ਕਰਾਂ ਤੇ ਕਿੰਨਾ ਚਿਰ ਲਈ ਬੈਠੀ ਰਹੂੰਗੀ ਮੈਂ ਆਖਰ ਨੂੰ ਤਾਂ ਆਪਦੇ ਘਰੇ ਇਹਨਾਂ ਨੇ ਜਾਣਾ ਹੀ ਐ ਚਲੋ ਉਹ ਤਾਂ ਹੱਕ ਦੋਨਾਂ ਨੂੰ ਤੈਨੂੰ ਮੈਂ ਕਹੀ ਜਾਂਦੀ ਆ ਵੀ ਦੇ ਦੀ ਆ ਆਪਦਾ ਕੰਧ ਕੱਢ ਲੈਣਗੇ ਫਿਰ ਵਿਚਾਰ ਦੀ ਹੋਰ ਕੀ ਐ ਫਿਰ ਜਦੋਂ ਟਿਕੀ ਨਾ ਅਸਲ ਤਾਂ ਇੱਕੇ ਵਾਰ ਕੀ ਰੀਸ ਨਹੀਂ ਔਰ ਉਹਨਰ ਪਤਾ ਨਹੀਂ ਕਿਉਂ ਨਹੀਂ ਦਿਮਾਗ 'ਚ ਗੱਲ ਵੜਦੀ ਵੀ ਦੁੱਖ ਦੇ ਸੁੱਖ ਦੇ ਆਪਦਾ ਭੈਣ ਭਰਾ ਕੰਮ ਆਉਂਦਾ ਹੁੰਦਾ ਨਹੀਂ ਭੈਣ ਜੀ ਜਦੋਂ ਇਹੋ ਜਿਹੇ ਵੈਬਤਾ ਕਰਦੇ ਮੇਰਾ ਨਹੀਂ ਜੀ ਕਰਦਾ ਵੀ ਇਹਨਾਂ ਨੂੰ ਕੁਛ ਦੇਵਾ ਇਹਨਾਂ ਨੂੰ ਆਈ ਫਿਰਾ ਜਦੋਂ ਠੂਠਾ ਚੱਕੇ ਮੰਗਣ ਲੱਗਣਗੇ ਨਾ ਉਦੋਂ ਪਤਾ ਲੱਗੂ ਇਹਨਾਂ ਨੂੰ ਨਹੀਂ ਭੈਣੇ ਤੈਨੂੰ ਸ਼ਰਮ ਆ ਜੇ ਠੂਠਾ ਫੜ ਕੇ ਮੰਗਣਗੇ ਤਾਂ ਤੈਨੂੰ ਲੋਕ ਕਹਿਣਗੇ ਆ ਮਾਂ ਨੇ ਘਾਟਾ ਜਵਾਕਾਂ ਦਾ ਵਿਗਾੜ ਪਾਤਾ ਉਹ ਨੂੰ ਕਿਸੇ ਨੇ ਨਹੀਂ ਕਹਿਣਾ ਅੰਦਰ ਬੈਠੀ ਨਹੀਂ ਮੈਂ ਤੈਨੂੰ ਦੱਸਾਂ ਆਹ ਤਾਂ ਤੈਨੂੰ ਪਤਾ ਜਾਂ ਮੈਨੂੰ ਪਤਾ ਵੀ ਕੀ ਕੁਛ ਕਰਦੀ ਆ ਆਹੀ ਤਾਂ ਸ਼ਰਮ ਮਾਰੀ ਜਾਂਦੀ ਐ ਭੈਣ ਜੀ ਮੈਨੂੰ ਲੋਕਾਂ ਕੰਨੀ ਦੇਖ ਦੇ ਕੇ ਸੋਡੇ ਵਾਲੀ ਗੱਲ ਵੀ ਲੋਕ ਕੀ ਕਹਿਣਗੇ ਉਹੀ ਗੱਲ ਐ ਭੈਣ ਜੀ ਐ ਕਿ ਚੋਰ ਦੀ ਮਾਂ ਕੋਠੀ 'ਚੇ ਮੂੰਹ ਮੈਂ ਤਾਂ ਸਨ ਵਿਚਾਲੇ ਫਸੀ ਬੈਠੀ ਐ ਮੇ ਭੈਣੇ ਉਹ ਤਾਂ ਆਪਾਂ ਵੀ ਚੌੜਗਾ ਹੋਈਆਂ ਫੱਡੀਆਂ ਰਹਿੰਦੀਆਂ ਵੀ ਸਾਡੇ ਦੋ ਪੁੱਤ ਆ ਆ ਹੁਣ ਸਨ ਵਿਚਾਲੇ ਆਈ ਪਈਆਂ ਜੇ ਇੱਕ ਧੀ ਹੁੰਦੀ ਤਾਂ ਚਲ ਧੀ ਨੂੰ ਵਿਆਹ ਕੇ ਤੋਰਦੀ ਆਪੇ ਪੁੱਤ ਰੋਟੀ ਦਿੰਦਾ ਹੁਣ ਉਹਨੂੰ ਆਏ ਆ ਵੀ ਇਹ ਰੋਟੀ ਦੇਣ ਚੜ ਰੋਟੀ ਤਾਂ ਤੈਨੂੰ ਦੇਣਗੇ ਰੋਟੀ ਤੇ ਤਾਂ ਨਹੀਂ ਸਿੱਟਦੇ ਪਰ ਪੈਰ ਤਾਂ ਤਾਂ ਨਾ ਕਰੇ ਅਹੀਂ ਤਾਂ ਮੈਂ ਸੋਚਦੀ ਆਂ ਵੀ ਇਹਦੇ ਨਾਲ ਤਾਂ ਇੱਕ ਧੀ ਹੋ ਜਾਂਦੀ ਮੇਰੇ 4 ਦਿਨ ਮੈਂ ਮੇਰੀ ਧੀ ਕੋਲੇ ਲਾਏ ਆਉਂਦੀ ਇਹ ਜੀ ਨਕਮੀ ਦੀ ਸ਼ਕਲ ਨਾ ਦੇਖਦੀ ਮੈਂ ਨਿਪਹਿਣੇ ਸਾਰਾ ਦਿਨ ਤਾਂ ਕਲੇਸ਼ ਵੀ ਮਾੜਾ ਹੁੰਦਾ ਆਕੇ ਬੰਦੇ ਦੇ ਪਾਇਆ ਜਾਂਦਾ ਹੁੰਦਾ ਡਰਨਾ ਚਾਹੀਦਾ ਬੰਦੇ ਨੂੰ ਸੱਤ ਵੇਲੇ ਇੱਥੇ ਹੀ ਰਹਿ ਜੂ ਸਾਰਾ ਕੁਝ ਕੀ ਕਰਨਾਗਾ ਹੁਣ ਕਲੇਸ਼ ਦਾ ਮਾਰਾ ਤਾਂ ਕਾਲਾ ਅੱਡ ਹੋਇਆ ਸੀ ਵੀ 24 ਘੰਟੇ ਉੱਥੇ ਕਲੇਸ਼ ਰਹਿੰਦਾ ਹੁਣ ਅੱਡ ਹੋਇਆ ਨਵੀਂ ਟਿਕਣ ਦਿੰਦੀ ਕਰੀਏ ਕੀ ਹੁਣ ਚੱਲ ਕੋਈ ਨਾ ਪੁੱਤ ਤੂੰ ਵੀ ਨਾ ਬਾਲਾ ਕਾਲੇ ਨੂੰ ਆਖੀ ਬਸ ਇਸ ਦੂਬਾ ਤੁਹਾਨੂੰ ਕਹਤਾ ਨਾ ਬੁਲਾਈ ਨਾ ਉਹਨੂੰ ਬਸ ਪਰੇ ਦੀ ਲੰ ਕੀ ਭਾਇਦਾ ਨਾ ਗੱਲਾਂ ਦਾ ਪੁੱਤ ਆਇਆ ਨਹੀਂ ਸੀ ਆ ਆ ਕੇ ਪੰਗੇ ਲੈਂਦੀ ਆ ਹਾਂ ਚੱਲ ਕੋਈ ਨਹੀਂ ਜੈਹੇ ਜੀ ਮਾਤਾ ਇਹੋ ਜੀ ਬਾਰਤ ਦੀ ਆ ਤੂੰ ਐਵੇਂ ਨਾ ਫਿਕਰ ਕਰੀ ਜਾ ਚੱਲ ਚੰਗਾ ਪੁੱਤ ਤੇ ਹਰਪ੍ਰੀਤ ਮੇਰਾ ਵੀ ਬੈਗ ਬੁੱਕ ਕਰਦੇ ਪੁੱਤ ਤਿਆਰ ਤੇ ਮੈਂ ਵੀ ਜਾਵਾਂ ਫਿਰ ਬੱਸ ਲੰਘ ਜੂ ਮੇਰੀ ਹੋਰ ਫਿਰ ਜਾ ਉੱਥੇ ਕੱਕ ਨਾ ਕੱਲਾ ਹੈ ਕਰੇ ਕੀ ਵਿਚਾਰਾ ਹੋਰ ਪਸੂ ਠੰਡਾ ਦਾ ਪੁੱਤ ਓੱਖਾ ਹੋਜੀ ਨਹੀਂ ਰਹਿੰਦੀ ਨੀ ਪੁੱਤ ਮੈਂ ਹੁਣ ਇੱਕ ਰਾਤ ਲਾ ਗਈ ਬਥੇਰਾਗਾ ਚੱਲ ਠੀਕ ਹੈ ਮੈਂ ਕਰ ਹੋਰ ਇਹ ਨਾਲ ਚਾਹ ਦੀ ਕੁੱਟ ਬਣਾ ਲਾ ਚੱਲ ਫਿਰ ਮੈਂ ਜਾਨੀ ਆ ਠੀਕ ਹੈ ਤੇ ਪਤਾਂ ਪੰਜੀ ਪਹਿਲਾਂ ਵੀ ਨਹੀਂ ਸੀ ਬੋਲੀ ਹੁਣ ਵੀ ਨਹੀਂ ਬੋਲਦੀ ਹੁਣ ਮੈਂ ਇਹਨੂੰ ਕਿਵੇਂ ਮਾੜਾ ਦੱਸਾਂ ਇਹ ਤਾਂ ਬਸ ਕੀ ਕਰਾਂ ਹੋਈ ਆ ਕਿ ਬਾਰ ਬਾਰ ਗੱਲ ਏਦਰੀ ਆਉਣੀ ਐ ਮੇਰੀ ਗਲਤੀ ਸੀ ਸਾਰੀ ਜਿਹੜੀ ਮੈਂ ਇੱਥੋਂ ਤੱਕ ਲਿਆਤਾ ਇਹਨਾਂ ਨੂੰ ਚੱਲ ਕੋਈ ਨਹੀਂ ਗਲਤੀ ਤਾਂ ਬੜੇ ਇਨਸਾਨਾਂ ਤੋਂ ਹੀ ਹੁੰਦੀ ਐ ਚੱਲ ਸੋਨੂੰ ਅਹਿਸਾਸ ਹੋ ਗਿਆ ਚੱਲ ਵਧੀਆ ਗੱਲ ਐ ਪਰ ਉਹਨਾਂ ਨੂੰ ਵੀ ਹੁਣ ਟਕਾ ਕਰਨਾ ਚਾਹੀਦਾ ਵੀ ਅਸੀਂ ਐਡਾ ਕਲੇਸ਼ ਪਾ ਕੇ ਸਾਰਾ ਕੁਝ ਹੱਥੋਂ ਗਵਾ ਲਿਆ ਹੁਣ ਸਾਨੂੰ ਬੰਡਿਆ ਆਊਗਾ ਮਹਾਰਾਣੀ ਸੀ ਜੇ ਤੈਨੂੰ ਉੱਥੇ ਰੱਖਦੀ ਇਹਨਾਂ ਨੇ ਕਿਹਾ ਤੈਥੋਂ ਮੰਗਣਾ ਸੀ ਭਾਂਜੀ ਮੈਨੂੰ ਤਾਂ ਏ ਸ਼ੱਕ ਲੱਗਦਾ ਜਿਵੇਂ ਲਾਡੀ ਐ ਤੇ ਵੀ ਨੌਕਰੀ ਤੋਂ ਜਵਾਬ ਦੇਤਾ ਹੋਵੇ ਕਿਉਂ ਘਰ ਹੀ ਇੱਥੇ ਹੁੰਦਾ ਜਦੋਂ ਮੈਂ ਤਾਂ ਦੇਖਦੀ ਹਾਂ ਇੱਥੋਂ ਹੀ ਹੁੰਦਾ ਹੈ ਕੀ ਪਤਾ ਭਾਈ ਕਿਹੜੇ ਗੱਲਾਂ ਦੱਸਦੇ ਹੈਗੇ ਤੈਨੂੰ ਕੌਣ ਦੱਸਦਾ ਇਹ ਜਿਆ ਪਰਤੁੱਤਾ ਕਰਨਗੇ ਤਾਂ ਘਰ ਹੀ ਬੈਠਣਗੇ ਸਾਰੇ ਮੈਂ ਤੈਨੂੰ ਦੱਸੀ ਤੇ ਜਾਣੀ ਆ ਠੂਠਾ ਫੜਾਉਣ ਵਾਲਾ ਕੰਮ ਕਰ ਦਊਗੀ ਇਹੇ ਜਿਵੇਂ ਅਗਰ ਲੱਗੀ ਰਹੀ ਤਾਂ ਉਹਦੇ ਜੇ ਮਾੜਾ ਮੋਟਾ ਲਾਡੀ ਨੂੰ ਸਮਝ ਆ ਗਈ ਤਾਂ ਕੀ ਕਹਿਣਾਗਾ ਫਿਰ ਹੁਣ ਇਹ ਸਮਝੇ ਹੁਣ ਜੇ ਆਪਾਂ ਮੈਂ ਕਹਿੰਦੀ ਹੁੰਦੀ ਸੀ ਉਹਦਾ ਤਾਂ ਮੈਨੂੰ ਤਾਂ ਭਾਜ ਭਾਜ ਪੈਂਦਾ ਸੀ ਮੈਂ ਤਾਂ ਕਦੇ ਰੋਟੀ ਨਹੀਂ ਸੀ ਪੁੱਛੀ ਭੈਣ ਜੀ ਉਹਨੇ ਉਹ ਤਾਂ ਪਤਾ ਹੀ ਹੈ ਉਹ ਤਾਂ ਜਦੋਂ ਮੈਂ ਸਾਡੇ ਇਕੱਠੀਆਂ ਹੁੰਦਿਆਂ ਸੀ ਉਦੋਂ ਆਉਂਦੀ ਸੀ ਉਦੋਂ ਵੀ ਦੇਖ ਰਹੀ ਸੀ ਹਾਲ ਵੀ ਕੀ ਹਾਲ ਹੈ ਮੈਂ ਤਾਂ ਉਦੋਂ ਵੀ ਹਰਪ੍ਰੀਤ ਨੂੰ ਰਹੀ ਮੱਤ ਦਿੱਤੀ ਸੀ ਵੀ ਭਾਈ ਖਬਰਦਾਰ ਹੋ ਜੀਂ ਜੇ ਕੰਮ ਤੋਂ ਟਾਲ ਕੇ ਬੈਠੀ ਆ ਬੇਸ਼ੱਕ ਮਨਿੰਦਰ ਕਰੇ ਨਾ ਕਰੇ ਪਰ ਤੂੰ ਸਾਰਾ ਕੰਮ ਕਰਨਾ ਕਰਦਾ ਕੰਮ ਪਿੱਛੇ ਨਹੀਂ ਕਹਾਉਣਾ ਉਹ ਬੁੜੀ ਕੀ ਹੋਈ ਭੈਣੇ ਜਿਹੜੀ ਨੇ ਕੰਮ ਪਿੱਛੇ ਕਹਾ ਲਿਆ ਨਹੀਂ ਭੈਣ ਜੀ ਕੰਮ ਤਾਂ ਬਥੇਰਾ ਕਰਦੀ ਸੀ ਪਰ ਮਨਿੰਦਰ ਨੂੰ ਉਦੋਂ ਪਤਾ ਲੱਗੂ ਜਦੋਂ ਇਹਦੀ ਮਾਂ ਨਾਲ ਹੋਈਆਂ ਉਦੋਂ ਇਹਦੇ ਸੇਕ ਲੱਗੂਗਾ ਵੀ ਜਦੋਂ ਮੈਂ ਦੂਜੇ ਨਾਲ ਕਰਦੀਆਂ ਨਾ ਤੇ ਆਪਦੇ ਨਾਲ ਹੁੰਦੀਆਂ ਨਹੀਂ ਕੀ ਪਤਾ ਭੈਣੇ ਕੀ ਕੁਛ ਹੁੰਦਾ ਘਰੇ ਇੱਥੇ ਆ ਕੇ ਪੜਦੇ ਪਾਉਂਦਿਆਂ ਨੇ ਮਾੜਾ ਮੋਟਾ ਕਲੇਸ਼ ਤਾਂ ਸਭ ਦੇ ਘਰੇ ਹੁੰਦਾ ਚੱਲ ਸੋਡੇ ਵਾਲਾ ਪੈ ਗਿਆ ਤਾਂ ਕਰਕੇ ਪਤਾ ਲੱਗਿਆ ਖੜਾ ਸਾਰਿਆਂ ਨੂੰ ਕੀ ਕਰਾਂ ਵੇ ਜੀ ਮੈਂ ਤਾਂ ਫਸੀ ਪਈ ਐ ਚੱਲ ਕੋਈ ਨਾ ਤੂੰ ਐਵੇਂ ਫਿਕਰ ਨਾ ਕਰੀ ਚੱਲ ਜਿਹੜਾ ਕੁਛ ਹੁੰਦਾ ਦੇਖੀ ਜਾ ਤੂੰ ਆਪਦੇ ਕਾਨੂੰਨ ਆ ਬਸ ਲਾਂਬਾ ਲੈ ਆਪੇ ਜਿਵੇਂ ਮਰਜ਼ੀ ਕਰ ਲੈਣ ਚਲੋ ਠੀਕ ਐ ਚਲੋ ਕਰਦੇ ਆਉਣ ਦੇ ਕਾਲੇ ਨੂੰ ਫਿਰ ਕਰਦੇ ਆ ਗੱਲ ਚੱਲ ਪੀ ਲੋ ਚਾਹ ਦੀ ਕਿਉਂਕਿ ਮੈਂ ਕਹਿ ਨਹੀਂ ਆ ਬਸ ਮੈਂ ਵੀ ਚੜਾ ਆਊਗਾ ਮੈਨੂੰ ਨਾਲੇ ਚੰਗਾ ਫੋਨ ਕਰ ਦੇ ਕਾਲੇ ਨੂੰ ਚੱਲ ਹਾਂ ਮੈਂ ਕਰ ਦਿੰਦੀ ਆ ਫੋਨ ਕਾਲੇ ਨੂੰ ਹੋਰ ਕੀ ਐ ਲੇ ਵੇਖ ਲੈ ਦੋ ਦਿਨ ਮੈਂ ਤਾਂ ਮਿਲਣਾ ਹੀ ਉਹੀ ਕਲੇਸ਼ ਇਹਨਾਂ ਦੇ ਕਰ ਤੇ ਪਤਾ ਨਹੀਂ ਕਿਤੇ ਕਲੇਸ਼ ਮੱਕੂਗਾ ਜੇ ਮੈਂ ਉੱਥੇ ਆ ਤਾਂ ਉੱਥੇ ਇਹਨਾਂ ਦਾ ਚੋਰਾ ਕਰੀ ਜਾਨੀ ਆ ਜੇ ਇੱਥੇ ਆ ਤਾਂ ਇੱਥੇ ਦੇਖੀ ਜਾਨੀ ਆ ਕੱਲ ਦੀ ਇਹ ਤਾਂ ਬਿਬੜ ਪੈ ਗਈ ਇਹਨਾਂ ਦੇ ਤਾਂ ਮੁਸ਼ਕਲ ਹੀ ਲੋਟ ਆਊ ਮਨਿੰਦਰ ਮੰਮੀ ਸਸਟੀ ਕਾ ਮਮੀ ਸਸਟੀ ਕਾ ਮਤ ਹੋ ਤੂੰ ਦੱਸੇ ਨਹੀਂ ਆਉਣ ਲੱਗੀ ਨੇ ਦੱਸ ਤੈਨੂੰ ਲਿਆ ਆਉਂਦੇ ਅਸੀਂ ਮੈਂ ਤਾਂ ਪੁੱਤ ਤੈਨੂੰ ਕੀ ਦੱਸ ਦੇ ਤੂੰ ਆ ਜਾ ਅੰਦਰ ਫਿਰ ਬੈ ਕੇ ਦੱਸਦੀ ਕੀ ਦੱਸਣਾ ਤੂੰ ਆਇਆ ਬੈ ਜਾ ਬੁਣਾਂਂਦਾ ਸੀ ਚਾਹ ਪੀਂਗੇ ਪਾਣੀ ਲੈ ਕੇ ਆਵਾਂ ਨਾ ਹਜੇ ਕੁਛ ਨਹੀਂ ਕੋਈ ਨਹੀਂ ਠਹਿਰ ਕੇ ਬਣਾ ਲਈਂ ਚਾਹ ਨਾ ਤੇਰਾ ਕਿਵੇਂ ਇੱਕਦਮ ਹੋਣਾ ਹੋਇਆ ਮੇਰਾ ਕੀ ਆਉਣਾ ਹੋਣਾ ਪੁੱਤ ਹਾਂ ਆ ਤੇਰੀ ਫਰਜਾਈ ਨੇ ਤੇ ਭਰਾਣੇ ਮੈਨੂੰ ਘਰੋਂ ਕੱਢਤਾ ਘਰੋਂ ਕੱਢਤਾ ਐ ਕਿਵੇਂ ਘਰੋਂ ਕੱਢਤਾ ਕਿੰਨੇ ਦਿਨ ਹੋ ਗਏ ਮੈਨੂੰ ਘਰੋਂ ਕੱਢਤਾ ਮੈਂ ਤੇਰੇ ਮਾਮੇ ਤੇ ਮਾਮੀ ਕੋਲੇ ਭਾਗੀ ਸੀ ਨਹੀਂ ਅੱਛਾ ਮੈਂ ਮਰ ਗਈ ਸੀ ਮੈਨੂੰ ਕਿਉਂ ਨਹੀਂ ਦੱਸੇ ਤੂੰ ਫੋਨ ਲਾ ਕੇ ਉਹਨਾਂ ਨੂੰ ਤੇਰੇ ਨਾਲ ਐਂ ਕੀਤੀ ਮੈਂ ਦੇ ਕੇ ਆਉਂਦੀ ਜਾ ਕੇ ਪਤਾ ਉਹਨਾਂ ਨੂੰ ਤੂੰ ਘਰ ਦੀ ਮਾਲਕ ਨਾ ਤੈਨੂੰ ਕਿਵੇਂ ਕੱਢ ਸਕਦੇ ਸਗੋਂ ਤੂੰ ਉਹਨੂੰ ਕੱਢਦੀ ਕਰੋ ਲੈ ਮੈਂ ਕਿਹੜੀ ਮਾਲਕ ਹੈਗੀ ਉਸ ਘਰ ਦੀ ਤੇਰੇ ਪਿਓ ਨੇ ਘਰ ਤਾਂ ਤੇਰੇ ਭਰਾ ਦੇ ਨਾਲ ਲਵਾਤਾ ਲੈ ਫਿੱਟੇ ਮੂੰਹ ਆਪ ਦੇ ਕੰਡੇ ਤਾਂ ਆਪ ਹੀ ਵਿਜੇ ਹੋਇਆ ਨਾ ਮੈਨੂੰ ਐਂਦਾ ਸੱ ਡੈਡੀ ਨੇ ਕੁਛ ਨਹੀਂ ਕਿਹਾ ਉਹਨਾਂ ਨੂੰ ਵੀ ਐਂ ਕਿਵੇਂ ਘਰੋਂ ਕੱਢਦੇ ਹੋ ਉਹਨੇ ਤਾਂ ਮੈਨੂੰ ਫੋਨ ਕਰਕੇ ਵੀ ਨਹੀਂ ਪੁੱਛਿਆ ਵੀ ਤੂੰ ਕਿੱਥੇ ਆ ਕਿੱਥੇ ਨਾ ਲਿਆ ਦੱਸ ਨਾ ਮੈਨੂੰ ਐਂ ਦੱਸ ਤੂੰ ਮੈਨੂੰ ਕਿਉਂ ਨਹੀਂ ਫੋਨ ਲਾਇਆ ਇੱਕ ਵਾਰੀ ਵੀ ਤੂੰ ਇੱਕ ਫੋਨ ਤਾਂ ਮੈਨੂੰ ਲਾਉਂਦੀ ਮੈਂ ਤੈਨੂੰ ਫੋਨ ਕਿੱਥੋਂ ਲਾਉਂਦੀ ਫੋਨ ਤਾਂ ਤੇਰੀ ਭਝਾਈ ਨੇ ਪਹਿਲਾਂ ਹੀ ਖੋਲਿਆ ਸੀ ਮੇਰੇ ਤੋਂ ਮਾਮੇ ਕਿ ਗਈ ਸੀ ਨਾ ਤੇ ਮਾਮੇ ਕੋਲ ਫੋਨ ਨਹੀਂ ਹੈਗਾ ਉਹਦੇ ਫੋਨ ਤੋਂ ਫੋਨ ਲਾ ਦਿੰਦੀ ਨੇ ਪੁੱਤ ਉਹਨਾਂ ਕੋਲੇ ਵੀ ਕੀ ਗਈ ਆ ਦੋ ਚਾਰ ਦਿਨ ਉਹਨਾਂ ਕੋਲੇ ਬੱਗ ਗਈ ਮੈਂ ਹਾਂ ਚੱਲ ਤੈਨੂੰ ਵੀ ਕੀ ਦੁਖੀ ਕਰਨਾ ਤੇਰੇ ਤਾਂ ਪਹਿਲਾਂ ਹੀ ਘਰੇ ਕਲੇਸ਼ ਪਿਆ ਹੋਇਆ ਗਈ ਤਾਂ ਤਾਂ ਸੀ ਉਹਨਾਂ ਦੇ ਕੋਲੇ ਉਹ ਤੇਰੀ ਮਾਮੀ ਤੈਨੂੰ ਪਤਾ ਉਹ ਵੀ ਨੱਕ ਬੋਲ ਕਟੜ ਲੱਗੀ ਮੈਨੂੰ ਹਾਰ ਕੇ ਫਿਰ ਮੈਨੂੰ ਇੱਧਰ ਆਉਣਾ ਪਿਆ ਨਾ ਮੰਮੀ ਪਰੇਸ਼ਾਨ ਨੂੰ ਕੀ ਸਾਡਾ ਤਾਂ ਨਿਭੜਦਾ ਹੀ ਨਹੀਂ ਪਰ ਤੂੰ ਤੇਰੇ ਨਾਲ ਇੰਨਾ ਕੁਝ ਹੋ ਗਿਆ ਤੂੰਨੇ ਕੋਈ ਦੱਸ ਦਿੱਤਾ ਸੀ ਕਮਾਲ ਹੀ ਹੋ ਗਿਆ ਐਂ ਘਰੋਂ ਕੱਢਤਾ ਨਾ ਗੱਲ ਕੀ ਹੋ ਗਈ ਘਰੋਂ ਕਦੋਂ ਕੱਢਤਾ ਤੈਨੂੰ ਗੱਲ ਤਾਂ ਹੁਣ ਤੈਨੂੰ ਪਤਾ ਹੀ ਐ ਜਿਉ ਤੇਰੇ ਨਾਲ ਲੜਾਈ ਹੋਈ ਐ ਤੂੰ ਗਈ ਆ ਉੱਦੇ ਉੱਦੇ ਦੇ ਕਲੇਸ ਕਿਪਿਆਗਾ ਤੇਰੇ ਮੰਗਰੋਂ ਹੀ ਤਾਂ ਮੈਨੂੰ ਘਰੋਂ ਕੱਢਤਾ ਨੇ ਕੋਈ ਨਾ ਲਾਡੀ ਨੂੰ ਆਉਂਦੀ ਸਾਰੀ ਗੱਲ ਦੱਸੂਗੀ ਉਹਨੂੰ ਅਸੀਂ ਛੱਡ ਕੇ ਆਵਾਂਗੇ ਤੈਨੂੰ ਉੱਥੇ ਘਰੇ ਐ ਕਿਵੇਂ ਨਹੀਂ ਕਰੇ ਵੜਨ ਦਿੰਦੀ ਉਹ ਨਾ ਪੁੱਤ ਤੁਸੀਂ ਨਾ ਹੁਣ ਉੱਥੇ ਜਾਓ ਤੁਹਾਡੀ ਦੋਨਾਂ ਦੀ ਬੇਇੱਜ਼ਤੀ ਕਰੂਗੀ ਨਾਲੇ ਜਵਾਈ ਭਾਈ ਦੀ ਬੇਇੱਜ਼ਤੀ ਕਰੂ ਉਹਨੂੰ ਤਾਂ ਭੋਰਾ ਕਰਨੀ ਬੋਲਣ ਦੀ ਵੀ ਕੀ ਬੋਲਣਾ ਤੇ ਕੀ ਨਾ ਬੋਲਣਾ ਨਹੀਂ ਕਿ ਵੀ ਬੇਇੱਜ਼ਤੀ ਕਰ ਦੂਗੀ ਹੁਣ ਕੁਝ ਕਹਿ ਕੇ ਦਿਖਾਵੇ ਮੈਂ ਕਰਦੀ ਹਾਂ ਡੈਡੀ ਨਾਲ ਗੱਲ ਵੀ ਐ ਕਿ ਵੀ ਮੁਰਕ ਤੈਨੂੰ ਪੁੱਛੇ ਹੀ ਨਹੀਂ ਉਹ ਕਿੱਥੇ ਗਈਆਂ ਕਿੱਥੇ ਨਹੀਂ ਕਿ ਘਰੋਂ ਕੱਢਤਾ ਤੈਨੂੰ ਹੈ ਇਹ ਕੋਈ ਨਿੱਕੀ ਮੋਟੀ ਗੱਲ ਆ ਤੇਰਾ ਪਿਓ ਜੇ ਗੱਲ ਕਰਨ ਵਾਲਾ ਹੋਵੇ ਨਾ ਫੇਰ ਇੱਥੇ ਤੱਕ ਗੱਲ ਪਹੁੰਚਦੀ ਨਹੀਂ ਸੀ ਉਹ ਤਾਂ ਉਹਨਾਂ ਦੇ ਮਗਰ ਲੱਗਿਆ ਹੋਇਆਗਾ ਉਹ ਨਹੀਂ ਇੱਕ ਸੁੰਦਾ ਮੇਰੀ ਤੂੰ ਵੀ ਉਹਨੇ ਘਰੋਂ ਕੱਢਤਾ ਤੂੰ ਵੀ ਇੱਥੇ ਆ ਗਈ ਤੂੰ ਜੇ ਉਹਨੇ ਘਰੋਂ ਕੱਢਤਾ ਸੀ ਤੂੰ ਕਿਉ ਫਿਰ ਮੈਂ ਜਾਵਾਂ ਕਿੱਥੇ ਹੋਰ ਕੀ ਕਰ ਜਦੋਂ ਮੈਨੂੰ ਉਹਨੇ ਗੇਟ ਹੀ ਬੰਦ ਕਰ ਲਿਆ ਮੁਰੋ ਨਾ ਵੀਰੇ ਨੇ ਕੁਝ ਨਹੀਂ ਕਿਹਾ ਉਹਨੇ ਕੀ ਕਹਿਣਾ ਸੀ ਉਹ ਤਾਂ ਆਪ ਚੁੱਪ ਚੁਪ ਕਰਕੇ ਖੜਾ ਰਿਹਾਗਾ ਉਹ ਉਹਦੇ ਮਗਰੀ ਲੱਗਿਆ ਫਿਰਦਾ ਹੈ ਉਹਨੂੰ ਹੈ ਹੀ ਨਹੀਂਗਾ ਵੀ ਮੇਰੀ ਮਾਂ ਨੂੰ ਘਰੋਂ ਕੱਢੀਂ ਦੀ ਮੈਂ ਆਦੇ ਦੋ ਗੁੱਤਨੀ ਚ ਮਾਰਾਂ ਹੈ ਕੁਝ ਵੀ ਨਹੀਂ ਕਿਹਾ ਉਹਨੂੰ ਕੋਈ ਨਹੀਂ ਉਹ ਤਾਂ ਉਹਦੇ ਮਗਰ ਲੱਗਿਆ ਹੋਇਆ ਭਾਈ ਜਿਵੇਂ ਉਹ ਕਹਿੰਦੀ ਏ ਉਵੇਂ ਕਰੀ ਜਾਂਦਾਗਾ ਪਤਾ ਨਹੀਂ ਕੀ ਸਿਰ ਚ ਢੋਲ ਕੇ ਪਾਇਆ ਹੋਇਆ ਹੁਣ ਕੀ ਕਰੀਏ ਹੁਣ ਇਹਦਾ ਕਿ ਮੇਰੇ ਤਾਂ ਸੱਚੀ ਇੰਨੀ ਟੈਨਸ਼ਨਾਂ ਪੰਗਾ ਹੋਊਗਾ ਨਾ ਪਹਿਲਾਂ ਸਾਡੇ ਘਰ ਦੀ ਟੈਨਸ਼ਨ ਹੋਈ ਪਿਆ ਸਤਾਪ ਘਰੋਂ ਬਾਹਰ ਨਿਕਲਣਾਂ ਲਈ ਹੋ ਪੁੱਤ ਤਾਂ ਨਹੀਂ ਤਾਂ ਮੈਂ ਆਈ ਨਹੀਂ ਸੀ ਪਹਿਲਾਂ ਮੈਨੂੰ ਪਤਾ ਹੀ ਸੀ ਵੀ ਤੇਰੇ ਘਰੇ ਵੀ ਪਹਿਲਾਂ ਕਲੇਸ਼ ਪਿਆ ਹੋਇਆਗਾ ਮੈਂ ਉੱਥੇ ਜਾ ਕੇ ਬੈਗੀ ਹੋਰ ਤੇਨੂੰ ਪਰੇਸ਼ਾਨੀ ਹੋਊਗੀ ਹੁਣ ਪਰੇਸ਼ਾਨੀ ਤਾਂ ਹੋ ਹੀ ਜਾਂਦੀ ਮਮੀ ਹੁਣ ਕਰਗੇ ਕੀ ਕੋਸ ਹੱਥ ਵਾਸ ਨਹੀਂ ਹੈਗਾ ਆਹੀ ਤਾਂ ਮੈਨੂੰ ਹੁਣ ਸਮਝ ਨਹੀਂ ਲੱਗਦੀ ਮੈਂ ਤਾਂ ਐ ਸੋਚਦੀ ਆ ਕਦੇ ਕਦੇ ਵੀ ਜਿਵੇਂ ਮੈਂ ਤੇਨੂੰ ਉਂਗਲਾਂ ਲਾ ਲਾ ਕੇ ਤੇਰੀ ਸੱਸ ਨਾਲ ਲੜਾਉਂਦੀ ਰਹੀ ਆਗੀ ਤੇ ਅੱਜ ਇਹ ਵੀ ਇਹ ਰਣਾਏ ਕਰਦੀ ਐ ਇਹਨੂੰ ਵੀ ਕਿਸੇ ਨੇ ਪੱਟੀਆਂ ਪੜਾਈਆਂ ਗਈਆਂ ਓਹੋ ਮਮੀ ਕਿਹੜੀਆਂ ਗੱਲਾਂ ਲੈ ਕੇ ਬੈਗੀ ਉਹ ਤਾਂ ਆਪਦੀ ਕਰਤੂਤੀ ਬਾਹਰ ਨਿਕਲੀ ਆ ਜੋ ਇਹ ਕੁਛ ਕਰਦੀ ਸੀ ਨਾ ਉਹੀ ਕੁਛ ਹੋਇਆ ਉਹਦੇ ਨਾਲ ਨਾ ਤੂੰ ਤਾਂ ਕਦੇ ਭਾਬੀ ਨੂੰ ਕੁਝ ਕਿਹਾ ਵੀ ਨਹੀਂ ਉਹਦੇ ਇੰਨੇ ਤਾਂ ਆਖੇ ਲੱਗਦੀ ਹੁੰਦੀ ਸੀ ਜਿਵੇਂ ਕਹਿੰਦੀ ਸੀ ਓਵੇਂ ਕਰਦੀ ਸੀ ਨਾਲੇ ਉਹਦੇ ਮੱਥੇ ਰਾਂ ਸਮਝਾਇਆ ਸੀ ਵੀ ਇਹਨਾਂ ਬਾਲਾ ਨੂੰ ਸਿਰ ਜੇ ਨਾ ਚੜਾ ਹੁਣ ਲੱਗ ਗਿਆ ਪਤਾ ਪੁੱਤ ਮੈਂ ਤਾਂ ਉਹਨੂੰ ਧੀ ਵਾਂਗੂ ਰੱਖਿਆ ਸੀ ਤੇਰੇ ਤੇ ਉਹਦੇ ਤੇ ਕੋਈ ਫਰਕ ਹੀ ਨਹੀਂ ਸਮਝਿਆ ਸੀਗਾ ਮੈਨੂੰ ਨਹੀਂ ਸਮਝ ਆਉਂਦੀ ਬਈ ਹੁਣ ਹੁਣ ਕੀ ਹੋ ਗਿਆ ਦੋ ਚਾਰ ਦਿਨਾਂ ਚ ਰੌਲਾ ਹੀ ਇਹ ਹੈ ਨਾ ਵੀ ਤੂੰ ਉਹਨੂੰ ਧੀ ਸਮਝੇ ਸੀ ਮਾਂ ਧੀਆਂ ਤੇ ਨੋਹਾ ਚ ਬਹੁਤ ਫਰਕ ਹੁੰਦਾ ਤੇ ਇਹ ਫਰਕ ਨਾ ਬਣਾ ਕੇ ਰੱਖਣਾ ਚਾਹੀਦਾ ਫੇਰ ਹੀ ਘਰ ਵਧੀਆ ਚੱਲਦਾ ਨੇ ਕੀ ਫਰਕ ਹੁੰਦਾ ਭਣੇ ਮੈਂ ਤਾਂ ਕਦੇ ਫਰਕ ਸਮਝਾਣੀ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਆਹ ਕੁਸ ਕਰਨ ਲੱਗ ਜੂਗੀ ਜਿਵਾਕਾਂ ਨੂੰ ਤਾਂ ਨਹੀਂ ਮੇਰੇ ਕੋਲੇ ਬੈਠਣ ਨੰਦੀ ਗਈ ਹੈ ਉਹਨਾਂ ਨੂੰ ਐ ਖਿੱਚ ਖਿੱਚ ਕੇ ਲੈ ਜਾਂਦੀ ਹੈਗੀ ਤੂੰ ਕੋਈ ਨਾ ਫਿਕਰ ਨਾ ਕਰ ਆ ਵੀ ਤੇਰਾ ਹੀ ਘਰ ਆ ਤੂੰ ਇੱਥੇ ਰਹਿ ਕੋਈ ਗੱਲ ਨਹੀਂ ਉਹਨਾਂ ਤਾਂ ਮੈਂ ਦੱਸ ਦਿਆਂ ਵੀ ਕਿਵੇਂ ਘਰੋਂ ਕੱਢੀਦਾ ਹੁੰਦਾ ਕਿਸੇ ਨੂੰ ਲਾਉਣੀਆਂ ਕੋਈ ਸਕੀਮ ਐ ਨੇ ਰਹਿਣ ਦੇ ਭਣੇ ਬਥੇਰੀਆਂ ਸਕੀਮਾਂ ਲਾ ਲਈਆਂ ਆ ਸਕੀਮਾਂ ਲਾ ਲਾ ਕੇ ਤਕਰ ਪਟਿਆ ਗਿਆ ਸਾਰਾ ਕਿਹੜੀਆਂ ਸਕੀਮਾਂ ਲਾਗਾ ਅਜੇ ਤੱਕ ਤਾਂ ਕੋਈ ਸਕੀਮ ਲਾਈ ਨਹੀਂ ਹੁਣ ਦੇਖੀ ਜਿਹੜੀ ਸਕੀਮ ਲਾਉਂਗੀ ਨਾ ਬੰਦ ਦਾ ਕੀ ਆ ਨੀ ਤੂੰ ਇਹ ਛੱਡ ਫੇਰੀ ਤਾਂ ਮੇਰੀ ਤਾਂ ਗੱਲ ਆਪੀ ਨਿਪਟ ਜਾਣੀ ਹੈਗੀ ਜਦੋਂ ਮੈਂ ਪੰਚਾਇਤ ਦੇ ਵਿੱਚ ਗਈ ਨਾ ਉੱਥੇ ਬੈਠ ਕੇ ਗੱਲ ਕੀਤੀ ਉਹਨਾਂ ਨਾਲ ਆਪੇ ਨਿਵੇੜੇ ਹੋ ਜਾਣਗੇ ਸਾਰੇ ਸਹੀ ਗੱਲ ਮੰਮੀ ਚੱਲ ਕੇ ਆਵਾਂਗੇ ਆਪਾਂ ਤੂੰ ਮੈਨੂੰ ਐਂ ਦੱਸ ਵੀ ਤੇਰੀ ਗੱਲ ਕਿੱਥੇ ਖੜੀ ਐ ਥੋੜਾ ਕੀ ਬਣਦਾ ਹਨਾ ਮੰਮੀ ਕੁਛ ਨਹੀਂ ਬਣਦਾ ਨਾ ਤੈਨੂੰ ਖੁਸ਼ ਹੋਵੇ ਨਾ ਕਰੇ ਐਵੇਂ ਉਹ ਰਾਜਪਾਲ ਦੀ ਮਨਤਾ ਕਰੀ ਜਾਂਦਾ ਵੀ ਸਾਡਾ ਨਿਵੇੜਾ ਕਰਾ ਦੇ ਨਿਵੇੜਾ ਕਰਾ ਦੇ ਮੈਨੂੰ ਤਾਂ ਇਹ ਸਮਝ ਆਉਂਦੀ ਵੀ ਉਹ ਸਾਡੀ ਹੁਣ ਆਖੇ ਕਿਉਂ ਲੱਗਣਗੇ ਜਾਂ ਸਾਨੂੰ ਘਰ ਕਿਉਂ ਦੇਣਗੇ ਹਸਤਾ ਬੇਕਾਰ ਹੋਏ ਲੈ ਸਹੀ ਗੱਲ ਹੈ ਤੁਹਾਡਾ ਹੀ ਕੰਮ ਬਹੁਤ ਔਖਾ ਹੋਇਆ ਪਿਆ ਹੁਣ ਨਾ ਹੁਣ ਕੰਮ ਤੇ ਜਾਂਦਾ ਮੰਮੀ ਹੁਣ ਕਿੰਨੇ ਦਿਨ ਹੋ ਗਏ ਉਧਰ ਵੀ ਉਹ ਬੌਸ ਨੇ ਜਵਾਬ ਦਿੱਤਾ ਵੀ ਜਿੰਨੇ ਟਾਈਮ ਤੁਹਾਡਾ ਕੰਮ ਜਾਂ ਨਿਭੜਦਾ ਨਹੀਂ ਤੂੰ ਆ ਹੀ ਨਾ ਕੰਮ ਤੇ ਲੈ ਦੱਸ ਹੁਣ ਕੀ ਕਰੀਏ ਨਾ ਕੰਮ ਤੇ ਜਾਏ ਬਿਨਾ ਕਿਵੇਂ ਸਰੂਗਾ ਕਿਵੇਂ ਤੁਸੀਂ ਘਰ ਚ ਲਾਉਂਗੇ ਫਿਰ ਬਾਅਦ ਚ ਉਹੀ ਤਾਂ ਟੈਨਸ਼ਨ ਆ ਮੰਮੀ ساری ਰਾਤ ਨੀਂਦ ਨਹੀਂ ਆਉਂਦੀ ਮੈਨੂੰ ਤਾਂ ਮੈਨੂੰ ਤਾਂ ਲੱਗਦਾ ਵੀ ਬਸ ਘਰ ਗਿਆ ਹੁਣ ਕਿੱਥੇ ਰਹਾਂਗੇ ਕਿੱਧਰ ਜਾਵਾਂਗੇ ਕੀ ਕਰਾਂਗੇ ਚੱਲ ਕੋਈ ਨਹੀਂ ਬੜੀ ਟੈਨਸ਼ਨ ਨਾ ਲੈ ਕੋਈ ਨਹੀਂ ਹੌਲੀ ਹੌਲੀ ਹੱਲ ਕੱਢਾਂਗੇ ਇਸ ਗੱਲ ਦਾ ਵੀ ਮੈਂ ਲਾਡੀ ਗਿਆ ਕਿੱਥੇ ਹੁਣ ਉਥੇ ਰਾਜਪਾਲ ਕੋਲ ਗਿਆ ਉਹਦੀ ਮਿੰਨਤਾਂ ਕਰੀ ਜਾਂਦਾ ਦਿਨ ਰਾਤ ਮੈਂ ਉਹਨੂੰ ਕਿਹਾ ਸੀ ਵੀ ਉਹਦਾ ਖਿਹੜਾ ਛੱਡ ਦੇ ਕੋਈ ਹੋਰ ਸਕੀਮ ਲਾ ਲਾ ਕੋਈ ਹੋਰ ਹੱਲ ਕਰਕੇ ਦੇਖ ਲੈਣਾ ਉਹਦੀ ਉਹਦੀ ਪੂਛ ਫੜੀ ਫਿਰਦਾ ਲੈ ਦੱਸ ਚਲ ਕੋਈ ਨਹੀਂ ਆ ਜਾਂਦੇ ਉਹਨੂੰ ਕਰੇ ਮੈਂ ਉਹਦੇ ਨਾਲ ਗੱਲ ਕਰੂੰਗੀ ਫਿਰ ਤੂੰ ਕਰਕੇ ਦੇਖ ਲਈ ਮੇਰੇ ਤਾਂ ਸੁਣਦਾ ਨਹੀਂ ਹੁਣ ਮੇਰੇ ਨਾਲ ਤਾਂ ਦਿਨ ਰਾਤ ਲੜਦਾ ਹੀ ਆ ਜਦੋਂ ਮੇਰੇ ਕੋਲ ਬਹਿ ਜਾਊਗਾ ਉਹਦੀ ਮੇਰੇ ਨਾਲ ਲੜਪੂ ਲੱਦੱਸ ਉਹਨਾਂ ਦਾ ਗੁੱਸਾ ਮੇਰੇ ਤੇ ਉਤਾਰਨ ਲੱਗ ਜਾਂਦਾ ਚਲ ਕੋਈ ਨਹੀਂ ਆਉਣ ਦੇ ਉਹਨੂੰ ਕਰੇ ਫੇਰ ਹੀ ਗੱਲ ਹੋਊਗੀ ਹੁਣ ਫੇਰ ਹੀ ਉਹਨੂੰ ਮੈਂ ਪੁੱਛੂੰ ਕੀ ਗੱਲ ਆ ਹੁਣ ਇਹ ਗੱਲ ਮੈਂ ਸਾਰਾ ਕੁਝ ਸਿਆਪੇ ਤੋਂ ਉਹਦੇ ਪਾਏ ਹੋਏ ਆ ਉਹਦਾ ਤਾਂ ਗੌਰ ਨਹੀਂ ਕੀਤੀ ਇੰਤਕਾਲ ਆ ਉਹਦੇ ਨਾਂ ਨਹੀਂ ਕਰਾਇਆ ਹੁਣ ਭੱਜਿਆ ਫਿਰਦਾ ਲਵੇ ਹੁਣ ਤਾਂ ਹੁਣ ਕੀ ਹੋ ਜੂਗਾ ਕੁਛ ਨਹੀਂ ਹੁੰਦਾ ਹੁਣ ਤਾਂ ਬਸ ਚੱਲ ਕੋਈ ਨਹੀਂ ਹੌਲੀ ਹੌਲੀ ਹੋ ਜੂਗਾ ਇਹ ਕੰਮ ਤਾਂ ਜਰਾ-ਦਰਾ ਹੁੰਦੇ ਆ ਐ ਨਹੀਂ ਆਪਣੀ ਕਾਲ ਨਾ ਹੁੰਦੇਗੇ ਚਲ ਮਾਂ ਤੂੰ ਵੀ ਥੱਕੀ ਆਈ ਹੋਵੇਂਗੀ ਤੂੰ ਐਂ ਕਹ ਤੂੰ ਬੈਠ ਮੈਂ ਤੇਰੇ ਅਸਤੇ ਚਾਹ ਲੈ ਕੇ ਆਉਣੀ ਆ ਇਹ ਤਾਂ ਹੁੰਦਾ ਹੀ ਫਿਰੂਗਾ ਦੇਖੀ ਆ ਉਹ ਕੀ ਬਣਾ ਲਾ ਘੁੱਟ ਗੱਡੀ ਬਣਾ ਕੇ ਨਿਕਲ ਨੂੰ ਜੀ ਨਹੀਂ ਕਰਦਾ ਇਹ ਤੇ ਕਿਹੜਾ ਜੀ ਕਰਦਾ ਜਾਨ ਨੇ ਖੰਡੀ ਵੜੀ ਹੋ ਗਈ ਰਾਜਪਾਲ ਡੈਗਣਾ ਸਰਦਾਂ ਕੋ ਕਿ ਮੈਂ ਲੜੀ ਉਹ ਠੀਕ ਆ ਵਧੀਆ ਜਾਂਦਾ ਸੀ ਕਿਤੇ ਹਾਂ ਮੈਂ ਸ਼ਹਿਰ ਜਾ ਕੇ ਆਉਣਾ ਥੋੜਾ ਜਿਹਾ ਕੰਮ ਆਇਆ ਮੈਂ ਵੀ ਤੇਰੇ ਕੋਲ ਕੰਮ ਆਇਆ ਸੀ ਮੜਾ ਜਾ ਯਾਰ ਉਹ ਰੋਲਾ ਪੈ ਗਿਆ ਮੜਾ ਮੇਰੇ ਲਈ ਉਹਨੂੰ ਜਾ ਕੇ ਬੋਲ ਆਈ ਫਿਰ ਕਾਲੇ ਦੀ ਘਰ ਲਈ ਨੂੰ ਉਹ ਭਰਾਵਾ ਹੱਥ ਬੰਨੇ ਮੇਰੇ ਤਾਂ ਯਾਰ ਆਪਦਾ ਘਰੇ ਨਹੀਂ ਲੂਟਾਂ ਦਾ ਕੰਮ ਯਾਰ ਸੋਡਾ ਰੋਲਾ ਕਿਥੋਂ ਨਵੇਂਦਾ ਰੋਜ ਮੈਂ ਯਾਰ ਮੈਂ ਤਾਂ ਆਪ ਹੁਣ ਰੋਲਾ ਨਵੇਂਣ ਜਮਾ ਦਾ ਬਾਹਰ ਗਿਆ ਆਇਆ ਸੀ ਬਈ ਯਾਰ ਪੈਸੇ ਤੇ ਲੈਦਾ ਹੱਲ ਕਰੀ ਜਾਂਦਾ ਸੀ ਮੈਨੂੰ ਵੀ ਬਈ ਉਹ ਘਰੇ ਆਇਆ ਉਹ ਰੋਲਾ ਪੈ ਗਿਆ ਮੈਂ ਤੈਨੂੰ ਐ ਕਹਿੰਦਾ ਕੋਈ ਹੋਰ ਨਾ ਸਟੈਪ ਚੱਕ ਲੈਣੇ ਯਾਰ ਉਹ ਉਹ ਯਾਰ ਸਟੈਪ ਤਾਂ ਫੇਰ ਕੀ ਕਹਿੰਦਾ ਫੇਰ ਕੀ ਕਹਿਣਾ ਸੀ ਉਹਨੇ ਕਹਿੰਦਾ ਸਾਰਾ ਕੁਝ ਮੈਂ ਥੋਂ ਤੱਕ ਖੁੰਝੂਗਾ ਕਹਿੰਦਾ ਮੇਰੇ ਕੋਲੇ ਨਾ ਹੀ ਮੁੜ ਕੇ ਉਹ ਤਾਂ ਮੈਨੂੰ ਕੋਰਾ ਹੋ ਗਿਆ ਸਿੱਧਾ ਕਹਿੰਦਾ ਕੋਈ ਸੁਣਵਾਈ ਨਹੀਂ ਹੁਣ ਇਹ ਦੁਬਾਰਾ ਤੇਰੀ ਗੱਲ ਦੀ ਕਹਿੰਦਾ ਮੈਂ ਮੇਰੇ ਹਿਸਾਬ ਚ ਚਾਈ ਉਹ ਮੈਂ ਕਰੂੰ ਯਾਰ ਯਾਰ ਮੈਂ ਤਾਂ ਆਪ ਉਹਨਾਂ ਨੂੰ ਕਹੀ ਆ ਨਾ ਵੀ ਕਾਹਨੂੰ ਤੁਸੀਂ ਐਵੇਂ ਕਲੇਸ਼ ਪਾਉਣੇ ਹੋ ਕਾਹਨੂੰ ਹਟਦੇ ਨਹੀਂ ਹਟਦੇ ਨਹੀਂ ਯਾਰ ਸਮਝੋ ਬਾਹਲ ਹੋ ਗਈ ਗੱਲ ਨੂੰ ਯਾਰ ਪਤਾ ਨਹੀਂ ਕਾਹ ਤੋਂ ਨਹੀਂ ਉਹਨਾਂ ਦੇ ਕਰਨ ਪੈਣ ਦੀ ਗੱਲ ਉਹ ਯਾਰ ਕਰਨ ਤਾਂ ਆਪ ਦੇ ਤੇਰੇ ਜੀ ਨਹੀਂ ਯਾਰ ਕਣਕੰਡਾ ਯਾਰ ਕਰਨ ਕਿਉਂ ਨਹੀਂ ਪੈਂਦੀ ਉਹ ਕੀ ਕਹਾਂ ਯਾਰ ਹੁਣ ਰੌਲਾ ਪਾਉਂਦੇ ਵੀ ਭੜੇ ਲੱਗਦੇ ਐ ਇੱਕ ਓ ਯਾਰ ਇਹ ਤਾਂ ਸਾਰਾ ਕੁਝ ਹੀ ਜਾਊਗਾ ਜੇ ਤੂੰ ਬੁੜੀਆਂ ਮਗਰ ਲੱਗਣਾ ਤਾਂ ਤੈਨੂੰ ਆਪ ਨੂੰ ਪੈਰ ਬਾਈ ਕਰਨੇ ਪੂ ਸਾਰੇ ਕੰਮ ਦੀ ਜੇ ਮੂਰੇ ਲੱਗਿਆ ਮੂਰੇ ਤਾਂ ਫਿਰ ਤਾਂ ਹੱਲ ਹੋਜੂ ਮਸਲਾ ਨਹੀਂ ਕੋਈ ਹੱਲ ਨਹੀਂ ਓ ਯਾਰ ਮੇਰੇ ਵਾਲੀ ਅਕਲ ਇੱਕ ਘਰ ਦੇ ਵਿੱਚ ਤੂੰ ਆਪ ਦੇਲਾ ਮਾਂ ਉਧਰ ਜਾ ਕੇ ਬੈ ਗਈ ਉਹ ਉਧਰੋਂ ਆਡ ਆਗੇ ਮੈਂ ਇਹਦੇ ਮਗਰਾਂ ਲੱਗਾ ਫਿਰ ਦੱਸ ਕੀ ਕਰਾਂ ਮੇਰਾ ਘਰ ਪਟਾਏ ਜਾਂਦਾ ਬਾਈ ਦੇਖ ਲੈ ਢੀ ਘਰ ਤਾਂ ਪੱਟੇ ਹੀ ਜਾਣਾ ਅੱਜ ਨਾ ਪਟਿਆ ਕੱਲ ਨੂੰ ਪਟਾਜੂ ਜੋਂ ਬੁੜੀਆਂ ਮਗਰ ਲੱਗਣਾ ਤੂੰ ਫੇਰ ਨਹੀਂ ਘਰ ਬਚਦੇ ਹੁੰਦੇ ਓ ਬਾਈ ਰੋਟੀ ਦਾ ਫਿਕਰ ਯਾਰ ਤਾਂ ਮਗਰ ਲੱਗਣਾ ਪੈਦਾ ਨਹੀਂਂਦਾ ਮੈਂ ਕਹੋਦਾ ਉਹਨੂੰ ਘਰੋਂ ਓਏ ਰੋਟੀ ਦਾ ਇਕੱਲਾ ਰੋਟੀ ਤਾਂ ਨਹੀਂ ਚਾਹੀਦੀ ਹੁੰਦੀ ਬੰਦੇ ਨੂੰ ਹੋਰ ਵੀ ਥਾਰੀਆਂ ਮੁਸ਼ਕਲਾਂ ਦਾ ਹੱਲ ਕਰਨਾ ਪੈਂਦਾ ਹੁੰਦਾ ਹੱਲ ਹੁਣ ਯਾਰ ਕਰੀ ਤਾਂ ਆਇਆ ਨਾ ਬਈ ਯਾਰ ਉਹ ਲਿਮਟ ਵਾਲੇ ਪੈਸੇ ਸੀਗੇ ਲਿਮਟ ਵਾਲੇ ਪੈਸਿਆਂ ਦਾ ਹੱਲ ਕਰਕੇ ਕਾਲੇ ਨੂੰ ਫੜਾ ਕੇ ਆਇਆਗਾ ਹੈ ਚੱਲ ਉਹਦਾ ਇੰਨਾ ਸ਼ੁਕਰ ਆਉਣਾ ਮੇਰਾ ਕੇਸ ਤੋਂ ਨਾ ਕਢਾਤਾ ਮੇਰੀ ਨੌਕਰੀ ਜਾਂਦੀ ਸੀਗੀ ਹੁਣ ਨੌਕਰੀ ਦਾ ਹੱਲ ਕਰੀਣਾ ਹੁਣ ਮੈਂ ਦੱਸ ਕਿੰਨੇ ਦਾ ਹੱਲ ਕਰਾਂ ਓਏ ਉਹ ਤਾਂ ਮੈਂ ਉਹ ਤੇ ਜ਼ੋਰ ਪਾਇਆ ਤੂੰ ਤਾਂ ਨਾ ਕੀ ਕਰਾ ਲਿਆ ਮਾਂ ਚੱਲ ਕਾਦੇ ਵਾਸਤੇ ਘਰ ਦਾ ਘਰ ਆ ਕਾਹਨੂੰ ਐਵੇਂ ਪੈਸੇ ਟਕੇ ਲੱਗੇ ਜਾਂਦੇ ਹੁਣ ਕਿ ਸਾਰੀ ਲੱਗਦੀ ਜਾਂਦਾ ਬੰਦਾ ਸਾਂਝੇ ਹਾਂ ਬੇਬੇ ਦਾ ਹੱਕ ਰਹੇਗਾ ਬੇਬੇ ਦਾ ਹੱਕ ਬੇਬੇ ਕੋਲੇ ਚਾਹੇ ਕਾਲੇ ਨੂੰ ਦੇਵੇ ਚਾਹੇ ਮੈਨੂੰ ਦੇਵੇ ਉਹ ਤੋਂ ਆਪਾਂ ਕੋਈ ਲੈਣਾ ਦੇਣਾ ਨਹੀਂ ਆਪਾਂ ਨੂੰ ਉਹ ਯਾਰ ਮਸਲਾ ਕੀ ਆ ਗੱਲ ਦਾ ਮੈਨੂੰ ਆਇਆ ਮਸਲਾ ਤਾਂ ਮੈਂ ਤੇਰੇ ਕੋਲ ਆਇਆ ਆ ਵੀ ਉਹ ਬੁੜੀਆਂ ਲੜਪੀਆਂ ਉਸ ਦੇ ਵਿੱਚ ਕਾਇ ਨੂੰ ਕਹ ਉਹ ਬੁੜੀਆਂ ਦੇ ਪਿੱਛੇ ਲੱਗ ਕੇ ਕਹ ਆਏ ਨਾ ਕੋਈ ਗੱਲ ਵਧਾ ਲੈ ਬਿਨਾ ਗਲਤੋਂ ਦੁਬਾਰੇ ਫੇਰ ਕੋਈ ਨਹੀਂ ਕਾਲੇ ਨੂੰ ਮਿਲਕੂਗਾ ਹੁਣ ਮੈਂ ਯਾਰ ਕਿੰਨੇ ਕ ਮਸਲੇ ਸੋ ਟੈਰ ਨੂੰ ਭਲਾ ਨਾ ਕਢਾਇਆ ਤੇਰਾ ਹੁਣ ਤੂੰ ਮੈਨੂੰ ਸਾਰੀਆਂ ਨਿੱਕੀਆਂ ਮੋਟੀਆਂ ਗੱਲਾਂ ਦੇ ਖਿੱਚੀ ਆ ਨਾ ਯਾਰ ਤੂੰ ਆਪਦਾ ਵੀ ਕੁਝ ਵੀ ਤੁਸੀਂ ਤਾਂ ਆਪ ਵੀ ਕਰ ਸਕਦੇ ਹੋ ਉਹ ਵੀ ਸਾਂਝਾ ਬੰਦਾ ਹੁਣ ਮੈਂ ਤੇਰੇ ਕੋਲ ਤਾਂ ਇੱਕ ਗਜਾਰਛ ਲੈ ਕੇ ਆਇਆ ਆ ਵੀ ਯਾਰ ਹੱਲ ਕਰ ਦੇ ਬੰਦੇ ਬਣਾਤੇ ਯਾਰ ਤੁਸੀਂ ਗਜਾਰਛ ਤਾਂ ਲੈ ਕੇ ਆਂ ਚਲ ਮੈਂ ਕਹਿ ਦੂੰਗਾ ਕੋਈ ਨਹੀਂ ਦੇ ਆ ਗਿਆ ਸ਼ ਪਤਾ ਕੀ ਗੱਲ ਆ ਹੁਣ ਕਿਸੇ ਹੋਰ ਬੰਦੇ ਨੂੰ ਵਿੱਚ ਪਾਉਂਦਾ ਮੈਂ ਸੋਹਣੀ ਲੱਗਦਾ ਨਹੀਂ ਹਰੇਕ ਬੰਦੇ ਕੋਲੇ ਘਰ ਦਾ ਭੇਤ ਜਾਂਦਾਗਾ ਤਾਂ ਕਰਕੇ ਮੈਂ ਤੇਰੇ ਕੋਈ ਹੁਣ ਹੁਣਾਂ ਬਾਰ ਬਾਰ ਵੀ ਚੱਲ ਤੇਰੇ ਨਾਲ ਕਾਲੇ ਦੀ ਲਿਆ ਆ ਜਾਈਗੀ ਹੈਗੀ ਠੀਕ ਆ ਤੁਸੀਂ ਆਪਸ ਦੇ ਵਿੱਚ ਸਲਾਹ ਕਰ ਲਓਗੇ ਯਾਰ ਉਹ ਕਿਹਦੇ ਕੋਲੇ ਐਨਾ ਟਾਈਮ ਨਾਲ ਲੱਢੀ ਜੀ ਕਿਸ ਦੀਆਂ ਗੱਲਾਂ ਅਗਲਾ ਮਸਲੇ ਹੱਲ ਕਰੇ ਯਾਰ ਆਪਦੇ ਨਹੀਂ ਘਰੇ ਬੜੀ ਨਹੀਂ ਦੱਸਉਣਾ ਹੁੰਦਾ ਆਪਣ ਕਰਾਂ ਕੀ ਯਾਰ ਮੈਂ ਤਾਂ ਉਹਨੂੰ ਮੀਂਹ ਹੀ ਕੁੱਟ ਸਕਦਾ ਹੈ ਉਹਨੂੰ ਕੁਝ ਕਹਿਣਾ ਉਹ ਮੂਰੋਂ ਮੂੰਹ ਬਣਾ ਲੈਂਦੀ ਹੈਗੀ ਵੀ ਤੇਰੇ ਕੋਲੇ ਕੀ ਦੱਸ ਲੈ ਚੰਗੀ ਭਲੀ ਸਰਕਾਰੀ ਨੌਕਰੀ ਜਿਓ ਵੀ ਜਾੜੀ ਅੱਛਾ ਮੈਂ ਨੌਕਰੀ ਤੇ ਨੌਕਰੀ ਮ ਉਹ ਯਾਰ ਜਦੋਂ ਪਹਿਲਾਂ ਬੁੜੀਆਂ ਮਾਇਰ ਲੈ ਕੇ ਕੰਮ ਹੀ ਇਹ ਜੇ ਕੀਤੇ ਵਾ ਤਾਂ ਤੈਨ ਮੂਰੇ ਆਉਂਦੇ ਹੀ ਹੁੰਦਾ ਯਾਰ ਇੱਕ ਦਿਨ ਨਾ ਇਹ ਤਾਂ ਉਹ ਨਹੀਂ ਹੁੰਦਾ ਜਮ। ਤਾਂ ਹੁਣ ਬਈ ਕਰਾਂ ਕਿਵੇਂ ਕੋਲੋਂ ਕੋਈ ਪੈਸਾ ਵੀ ਨਹੀਂ ਰਿਹਾ ਸਾਰਾ ਪੈਸਾ ਆਹ ਨੂੰ ਦੇਤਾ ਜੇ ਕੋਈ ਮਾਰੇ ਮੋਟੇ ਪੈਸੇ ਹੁਣ ਤਾਂ ਆਪਦਾ ਕਿਤੇ ਸ਼ਹਿਰ ਲੈ ਕੇ ਬਹਿ ਜਾ ਆ ਕਲੇਸ਼ ਚੋਂ ਬਾਹਰ ਨਿਕਲ ਜੀਏ। ਉਹ ਕਿਸੇ ਰਿਸ਼ਤੇਦਾਰ ਕੋਲੇ ਕਰ ਲਾ ਕੁਝ ਪਾਰਸ ਪਾ ਦੇ ਪੈਸੇ ਟਕੇ ਫੜ ਕੇ ਕਰਾ ਨਿਕਲ ਜਾ ਯਾਰ ਬਾਹਰ ਆਏ ਮੇ ਰੋਜ਼ ਦੇ ਅਨੰਦ ਨਾ ਆਉਂਦਾ ਚੰਗਾ ਹੀ ਆ। ਉਹ ਪਤਾ ਨਹੀਂ ਮੈਂ ਤਾਂ ਉਹਨੂੰ ਕਹਿੰਦਾ ਚਾਰ ਦਿਨ ਆਉਦੇ ਉੱਥੇ ਲਾਇਆ ਪੇਕੀ ਹੈ ਉੱਥੇ ਉਹਨੂੰ ਗੱਲ ਐ ਸ ਉਹ ਯਾਰ ਹੁਣ ਮੈਂ ਤੈਨੂੰ ਲੱਭੀ ਕੀ ਦੱਸਾਂ ਤੇਰੇ ਘਰ ਦਾ ਮਸਲਾ ਹਨਾ ਜੇ ਮੈਂ ਕੋਈ ਗੱਲਬਾਤ ਕਹੀ ਤੀ ਮੁੜ ਕੇ ਤੂੰ ਕਹਿੰਗਾ ਯਾਰ ਮੇਰੇ ਫੈਮਿਲੀ ਨੂੰ ਐਂ ਬੋਲ। ਤਾਂ ਹੀ ਤਾਂ ਬਈ ਮੈਂ ਹੁਣ ਰੋਣਾਗਾ ਮੈਂ ਤੈਨੂੰ ਐਂ ਕਹਿੰਦਾ ਬਾਈ ਬਣ ਕੇ ਕਾਹੇ ਨਾ ਗੱਲ ਕਰ ਲੈ ਇੱਕ ਵਾਰੀ ਉਹਨੂੰ ਐਂ ਕਹਦੇ ਇੱਕ ਵਾਰੀ ਉਹਨਾਂ ਦੀ ਆ ਗਲਤੀ ਮaaf ਕਰ ਦੇ ਮੈਂ ਆਪੇ ਸਾਰੇ ਥੱਲੇ ਕਰੀ ਜੰਨਾ। ਬਾਬਾ ਮੈਨੂੰ ਮਹੀਨੇ ਦਾ ਟਾਈਮ ਦੇ ਦੇ ਮੈਂ ਮਹੀਨੇ ਦੇ ਵਿੱਚ ਇਹਨੂੰ ਇੱਥੋਂ ਲੈ ਕੇ ਬਾਹਰ ਝਾੜ ਦੂੰਗਾ। ਉਹ ਚੱਲ ਕੇਰਾ ਹੁਣ ਮੈਂ ਸ਼ਹਿਰ ਜਾਂਦਾ ਕੋਈ ਗੱਲ ਨਹੀਂ ਜੇ ਆ ਗਿਆ ਕਰੇ ਉਹ ਜਦੋਂ ਵਿਹਲਾ ਹੋਇਆ ਮੈਂ ਕਰ ਲਵਾਂਗਾ ਨਾ ਟਕਾਈ ਨਾ ਗ ਤਲ ਕੋਈ ਗੱਲ ਨਹੀਂ ਬਾਈ ਬਣ ਕੇ ਆ ਰਿਹਾ ਮਿਹਨਤ ਵਾਲੀ ਗੱਲ ਹੈ ਮੇਰਾ ਕੰਮ ਤਾਂ ਦੇ ਜਾਣਾ ਹੁੰਦਾ ਯਾਰ ਹੁਣ ਮੌਕੇ ਤੇ ਤੂੰ ਨੇਟ ਕਰਾਈ ਜਣਾ ਯਾਰ ਮੈਨੂੰ ਦੱਸ ਨੀ ਕੰਮ ਦਾ ਜਾਵੜਾ ਮੈਂ ਤਾਂ ਵਸ ਤੇਰੇ ਕੋਲੇ ਤਾਂ ਹੀ ਆਇਆ ਸੀ ਮੈਨੂੰ ਐਸੀ ਦੁਕਾਹ ਆਇਆ ਨਾ ਗੱਲ ਕਰ ਲੇਗਾ ਹੋਰ ਤਾਂ ਕਾਹ ਨੂੰ ਮੈਂ ਤੇਰੇ ਕੋਲੇ ਆਉਣਾ ਮੇਰਾ ਕਿਹੜਾ ਜੀ ਕਰਦਾ ਬਾਈ ਯਾਰ ਤੇਰੇ ਕੋਲੇ ਆਉਣਾ ਐਵੇਂ ਮੈਨੂੰ ਤਾਂ ਕਰ ਲੈਣਾ ਮੈਨੂੰ ਕਹਿੰਦਾ ਉਹਦੇ ਨਾਲ ਗੱਲ ਕਰ ਲੈ ਤੂੰ ਕਹਿੰਦਾ ਨਾ ਕਾਲੇ ਨਾਲ ਕਰ ਲੈ ਮੈਂ ਸੱਨ ਵਿਚਾਲੇ ਫਸ ਗਿਆ ਯਾਰ ਸੁਣਦਾ ਕੋਈ ਨਹੀਂ ਮੇਰੀ ਉਹ ਫਿਰ ਐਹੀ ਤਾਂ ਗੱਲ ਆ ਮੇਰੀ ਕਿਹੜਾ ਸੌਂਦੀਆਂ ਮੇਰੀ ਤਾਂ ਮੇਰੇ ਘਰ ਵਾਲੇ ਨਹੀਂ ਸੌਂਦੀ ਯਾਰ ਮੈਂ ਹ ਉਹ ਮੈਨੂੰ ਆਇਆ ਭੱਜ ਜੂਗੀ ਐਵੇਂ ਕਾ ਤੋਂ ਕਾ ਤੋਂ ਕਾ ਤੋਂ ਜੇ ਭੱਜਣ ਦਾ ਡਰ ਆ ਰਿਹਾ ਫਿਰ ਤੂੰ ਆਹ ਹੋ ਜਾ ਹਸਾਉਣਾ ਕਰ ਲਾ ਕੋਈ ਗੱਲ ਨਹੀਂ ਟਰਾਈ ਚੱਲ ਮੈਂ ਦੇਖਦਾ ਬਾਈ ਬਣ ਕੇ ਇੱਕ ਵਾਰੀ ਬਸ ਤੂੰ ਕਾ ਇਹ ਨਾਲ ਗੱਲ ਕਰ ਲਈ ਜੇ ਆ ਕਾਲੇ ਵਾਲੀ ਗੱਲ ਨਿਬੜ ਗਈ ਨਾ ਵੀ ਆ ਮਸਲਾ ਸਾਰਾ ਇਹ ਤੋਂ ਨਿਕਲ ਜੇ ਇੱਕ ਵਾਰੀ ਉਹ ਲਿਮਟਾ ਲਾ ਵੀ ਨਿਬੜ ਗਿਆ ਮੈਂ ਘਰ ਵਾਲਾ ਵੀ ਮੈਂ ਉਹਨੂੰ ਕਹਤਾ ਹੇ ਘਰ ਤਾਂ ਉਹਦੀ ਆਵਾਜ਼ ਦੀ ਸਟੱਕੇ ਹੋ ਗਿਆ ਜਮਾ ਹਾਂ ਉਹ ਸਾਰਾ ਮੈਂ ਉਹ ਨੱਕੀ ਕਰਤਾ ਮੈਂ ਉਹਨੂੰ ਜਿਹੜੇ ਮੇਰੇ ਕੋਲੇ ਪੈਸੇ ਪੈਸੀ ਨੌਕਰੀ ਵਾਲੇ ਠੀਕ ਆ ਜਮਾ ਕੀਤੇ ਸੀਗੇ ਕੋਠੀ ਲੈਣ ਵਾਸਤੇ ਕਰੇ ਸੀ ਸ਼ਹਿਰ ਯਾਰ ਮੈਨੂੰ ਅਸੀਂ ਚੱਲ ਅੱਡ ਜਾਵੜਾਂਗੇ ਪਹਿਲੀ ਉਹ ਮੈਂ ਉਹਨੂੰ ਦੇ ਦਿੱਤੀ ਹੈ ਬਾਕੀ ਜਿਹੜੇ ਬੰਦੇ ਆ ਮੈਂ ਉਹਨੂੰ ਕਹ ਘਰ ਜਿਹੜਾ ਵਈ ਤੂੰ ਆਹ ਲੈਣਾਗਾ ਵੀ ਤੈਨੂੰ ਐ ਲੱਗਦਾ ਵੀ ਇੰਤ ਕਾਲਾ ਦਿੰਨਾ ਕਰਾਈ ਬੈਠਾ ਸੀਗਾ ਵੀ ਤੂੰ ਲੈਣਾ ਤੂੰ ਇਹ ਵੀ ਆਜੇ ਕੋਈ ਰੱਖ ਲੈ ਮੈਨੂੰ ਇਹਦੀ ਵੀ ਲੋੜ ਨਹੀਂ ਗਈ ਬਸ ਤੂੰ ਕਰ ਮੈਨੂੰ ਆ ਮਸਲੇ ਚੋਂ ਕੱਢ ਯਾਰ ਉਹ ਇਹ ਤਾਂ ਬੁੜੀਆਂ ਦਾ ਰੌਲਾ ਬਾਕ ਕਮੇਟ ਕਰ ਲੂ ਨਾਲ ਤਾਂ ਮੇਰੀ ਨੌਕਰੀ ਦਾ ਸੈਟ ਆ ਜੂਗਾ ਮ ਨਾਲੇ ਤਨਖਾਹ ਤਮਖੋ ਜੇ ਆ ਗਈ ਉਦੋਂ ਜਿਹੜੀ ਰਹਿੰਦੀ ਹੈਗੀ ਆਉਣ ਵਾਲੀ ਠੀਕ ਆ ਉਹ ਨਾਲ ਮੈਂ ਕਿਤੇ ਕਿਰਾਏ ਤੇ ਲੈ ਕੇ ਬਹਿ ਜੂਗਾ ਇਹਨੂੰ ਮੈਂ ਇਥੋਂ ਲੈ ਜੂਗਾ ਕੱਢ ਕੇ ਕਲੇਸ਼ ਹੋਰ ਜ਼ਿਆਦਾ ਕਲੇਸ਼ ਤੋਂ ਪਾਸੇ ਉਹ ਕਲੇਸ਼ ਮਰਵਾਣ ਦਾ ਹੁੰਦਾ ਜਦੋਂ ਮੈਂ ਕਰਦਾ ਕੋਈ ਗੱਲ ਨਿਕਾਲੇ ਮੈਂ ਗੱਲ ਤੂੰ ਟੱਢਣਾ ਹੌਲਾ ਕਰ ਆ ਪਿੰਡ ਛੱਡ ਕੇ ਜਾਣ ਨੂੰ ਜੀਤਾ ਨਹੀਂ ਕਰਦਾ ਪਰ ਹੁਣ ਕੀ ਕਰਾਂ ਬੁੜੀਆਂ ਦੇ ਰੋਲੇ ਕਰਕੇ ਜਾਣਾ ਪਊਗਾ ਯਾਰ ਉਹ ਯਾਰ ਜਾਣਾ ਤਾਂ ਪਊਗਾ ਹੀ ਹੁਣ ਕਿਰਾਏ ਜਮਾਂ ਆਪਦੇ ਚਿੰਤਨ ਕਾਣੇ ਯਾਰ ਫਿਰ ਕਿਰੇਚ ਕਰਕੇ ਕਿਉਂ ਯਾਰ ਮੈਨੂੰ ਗੱਲਾਂ ਸੁਣਨੀਆਂ ਪੈਂਦੀਆਂ ਬਾਰ-ਬਾਰ ਮੈਨੂੰ ਤਾਂ ਕਰਨੀਆਂ ਪੈਂਦੀਆਂ ਚੱਲ ਚੰਗਾ ਬਾਈ ਯਾਰ ਬਾਈ ਬਣ ਕੇ ਗੱਲ ਕਰ ਲਈ ਠੀਕ ਆ ਅੱਗੇ ਤੋਂ ਤੇਰੇ ਕੋਲੇ ਨਹੀਂ ਆਉਂਦਾ ਇੱਕ ਵਾਰੀ ਬੱਸ ਕਰਾਇਆ ਨੂੰ ਆਹ ਗੱਲ ਤਾਂ ਟਕਾ ਦੇ ਬੱਸ ਨਾ ਦੇਣਾ ਮੂੰਹ ਸੁਗਦਾ ਆਂਦਾ ਵੀ ਕੀ ਕਹਿੰਦਾ ਮੈਨੂੰ ਬਸ ਮੈਨੂੰ ਫੋਨ ਕਰਕੇ ਦੱਸ ਦੀ ਮੈਂ ਤੇਰੇ ਕੋਲੇ ਆਉਂਦਾ ਨਹੀਂ ਯਾਰ ਜੇ ਤੈਨੂੰ ਐ ਗਰਮੀ ਆਉਂਦੀ ਆ ਬਸ ਠੀਕ ਆ ਮੈਨੂੰ ਜਾਣਦੇ ਸ਼ਹਿਰ ਕਰਾਉਂਦੇ ਉਹਨੂੰ ਵੀ ਕਰਦਾ ਗੱਲ ਉਹਨਾਂ ਨਾਲ ਠੀਕ ਆ ਬਾਈ ਯਾਰ ਧੰਨਵਾਦ ਉਹੀ ਤਰੇ ਫਿਰਦੇ ਆ ਯਾਰ ਕਿਹਦਾ ਕੀ ਦਾ ਸਮਝਾ ਉੱਤਾ ਕਰਕੇ ਦੱਸ ਹੁਣ ਇਹ ਸਰਪੰਚਾਂ ਲੱਗੇ ਆ ਬੇਲਤਾਰ ਪਤਾ ਨਹੀਂ ਹੋਰ ਕਿਹਦੀਆਂ ਕਿਹਦੀਆਂ ਮਿੰਨਤਾਂ ਕਰਨੀਆਂ ਪੈਣਗੀਆਂ ਆ ਬੁੜੀਆਂ ਦੇ ਵੀ ਜੇ ਕੰਡੇ ਮੈਨੂੰ ਚੁਗਣੇ ਕੀ ਗੱਲ ਹੋ ਗਈ ਬੜਬੜ ਕਰਦੇ ਜਾਂਦੇ ਹੋ ਉਹ ਬੜਬੜ ਕਰਾਣਾ ਰਾਜਪਾਲ ਕੋਲੇ ਫੇਰ ਗਿਆ ਸੀਗਾ ਐਵੇਂ ਮਿੰਨਤਾਂ ਕਰਾਈ ਜਾਂਦਾ ਬਿਨਾ ਗੱਲ ਤੋਂ ਤੇ ਮੈਂ ਤਾਂ ਪਹਿਲਾਂ ਹੀ ਕਹਿੰਦੀ ਸੀ ਉਹ ਨਹੀਂ ਆਪਣੇ ਅੱਖਿਓਂ ਖੇ ਲੱਗਦਾ ਤੂੰ ਹੀ ਬਸ ਉਹਦੇ ਪਿੱਛੇ ਤੁਰਿਆ ਫਿਰਦਾ ਉਹ ਫੇਰ ਯਾਰ ਕਰਾਂਗੀ ਘਰ ਵੀ ਜਾਂਦਾ ਹੱਥ 'ਚੋਂ ਨੌਕਰੀ ਵੀ ਗਈ ਮਿੰਨਤਾਂ ਤਾਂ ਕਰਨੀਆਂ ਹੀ ਪੈਣੀਆਂ ਹੋਰ ਦੱਸ ਫੇਰ ਕੀ ਕਰਾਂ ਫੇਰ ਚੱਲ ਬੈਠਾ ਰਹਿ ਦੇਖੀ ਜੋਗੀ ਜਿਹੜਾ ਕੁਝ ਹੁੰਦਾ ਤੂੰ ਤਾਂ ਕਹਿਣਾ ਹੀ ਆ ਦੇਖੀ ਚੱਲ ਕਿਹੜਾ ਕੁਝ ਹੁੰਦਾ ਗਾ ਤੂੰ ਕਿਹੜਾ ਇੱਥੇ ਕੁਝ ਬ ਬਣਾ ਕੇ ਨਹੀਂ ਲੈ ਕੇ ਘਰ ਤੇ ਤੇਰੇ ਭਰਾ ਹੀ ਲਿਆ ਕੇ ਉਹ ਕੀ ਕਰ ਭਰਤਾ ਫਿਰ ਹੁਣ ਉਹ ਸਮਾਨ ਨੂੰ ਚੱਕ ਕੇ ਬੈਠੇ ਰਵਾਂਗੇ ਰਹਿਣ ਵਾਸਤੇ ਵੀ ਘਰ ਚਾਹੀਦਾ ਹੈ ਕਿ ਕੱਲੇ ਸਮਾਨ ਨਾਲ ਰਹਿ ਲਾਂਗੇ ਮੇਰੀ ਗਲਤੀ ਨਹੀਂ ਤੇਰੀਆਂ ਹੀ ਗਲਤੀਆਂ ਇਹ ਮੈਨੂੰ ਨਾ ਕੁਛ ਕਹ ਨਾ ਮੇਰੀ ਗੱਲ ਸੁਣ ਮੰਮੀ ਆਈ ਹੋਈ ਆ ਹੁਣ ਐਵੇਂ ਮੈਨਾਂ ਲੜ ਜੇ ਨਾ ਦੱਸ ਤਾ ਕਿਆ ਹੁਣ ਉਹਨੂੰ ਕਿਉਂ ਬਿਠਾ ਲਿਆ ਹੁਣ ਤੈਨੂੰ ਮੈਂ ਕਿਹਾ ਸੀ ਨਾ ਵੀ ਨਾ ਬੁਲਾਈ ਆਪਣਾ ਤਾਂ ਅੱਗੇ ਤੇ ਜੂਪੇ ਆਵੇਗਾ ਉਹ ਘੜਾਸ ਬਾਰੀ ਖੁਸ਼ੀ ਨਾਲ ਆਈ ਆ ਵਿਚਾਰੀ ਉਹਨੂੰ ਵੀ ਘਰੋਂ ਘੜਤਾ ਭਾਬੀ ਨੇ ਤਾਂ ਆਈ ਆ ਵਿਚਾਰੀ ਇੱਥੇ ਹੋ ਜਾਊਗੀ ਕਿੱਥੇ ਅਬੀ ਧੀ ਕੋਲੀ ਆਊਗੀ ਆਹੋ ਵਧੀਆ ਕੀਤਾ ਜਿਵੇਂ ਤੂੰ ਮੇਰੀ ਮਾਂ ਨੂੰ ਕੱਢਿਆ ਸੀ ਨਾ ਉਵੇਂ ਹੋਈਆਂ ਨਾ ਉਹਦੇ ਨਾਲ ਹੁਣ ਆਇਆ ਨਯਾਰਾ ਆਇਆ ਨਯਾਰਾ ਫਿਰ ਨਹੀਂ ਤੇ ਮਾਂ ਤੇ ਤਰਸੋਂ ਦਾ ਲਿਆ ਨਾ ਮਾਂ ਨੂੰ ਨਾਲੇ ਉਹਦੀ ਆਜੂਗੀ ਤੇਰੇ ਆਖੇ ਆਜੂਗੀ ਨਾਲੇ ਨਾ ਤੂੰ ਕੱਢਿਆ ਉਹਨੂੰ ਤੂੰ ਲੈ ਕੇ ਆਣਾ ਤੇਰੇ ਨਾਲ ਤਾਂ ਬੋਲਦੀ ਨਹੀਂ ਚੱਜ ਨਾਲ ਉਹ ਕਿਹਾ ਤਾਂ ਤੂੰ ਵੀ ਸੀ ਵੀ ਘਰੋਂ ਕਰ ਦੇ ਤੇਰੀ ਮਰਜ਼ੀ ਨਾਲ ਹੀ ਕੱਢਿਆ ਤੇ ਮੇਰੇ ਕੱਲੀ ਤੇ ਇਲਜ਼ਾਮ ਨਾਲਾ ਮੇਰੀ ਮਾਂ ਹੀ ਹੋਈਆ ਤੇ ਉਹਨੂੰ ਨਾ ਕੁਛ ਕਹਿਦੀ ਨਾਲੇ ਉੱਚੀ ਬੋਲ ਬੋਲ ਕੇ ਜਲੂਸ ਨਾ ਕੱਢ ਉਹਦੇ ਸਾਹਮਣੇ ਕੀ ਜਲੂਸ ਨਾ ਕੱਢ ਯਾਰ ਤੂੰ ਕਹਿ ਦਿੰਦੀ ਜੇ ਆ ਗਈ ਸੀਗਾ ਕਿਤੇ ਹੋਰ ਜਾੜਾ ਹੋਰ ਰਸਤੇ ਆਈ ਚ ਜਾੜਾ ਇੱਥੇ ਤ ਕਿਉਂ ਕਿਤੇ ਹੋਰ ਕਿਉਂ ਜਾਵੜਾ ਮੈਂ ਮਰ ਗਈ ਉਹਦੀ ਧੀ ਕੋਲੀ ਆਉਗੀ ਤੇ ਇੱਥੇ ਰਹੂਗੀ ਤੂੰ ਦੱਸ ਕੀ ਕਰ ਲੇਗਾ ਉਹ ਜੇ ਉਹਨਾਂ ਨੇ ਆ ਕੇ ਆਪਣਾ ਸਮਾਨ ਚਕਾਤਾ ਇਹਨੂੰ ਕਿੱਥੇ ਲਈ ਫਿਰਾਂਗੇ ਨਾਲ ਸੰਧਾਰੇ ਨੂੰ ਐ ਕਿਵੇਂ ਸਮਾਨ ਚਕਾ ਦਾਂਗੇ ਬਲ ਤਾਂ ਬੋਲ ਹੀ ਇਹੋ ਜੇ ਕੱਢਦਾ ਤੂੰ ਬੋਲ ਕੱਢਦਾ ਨਾਲ ਨਾ ਮੈਨੂੰ ਪਤਾ ਨਾ ਸਾਰਾ ਕੁਝ ਹੱਥੋਂ ਜਾਈ ਜਾਂਦਾ ਕੋਈ ਗੱਲ ਨਹੀਂ ਸੁਣਦਾ ਮੇਰੀ ਬਾਤ ਤਾਂ ਨਹੀਂ ਹੁੰਦੀ ਤਾਂ ਬਾਬਾ ਉਹ ਕੇਜੇ ਜੋ ਨਾਮ ਨਿਕਲਿਆ ਫਿਰ ਕੀ ਹੋ ਗਿਆ ਜੇ ਕੱਢ ਵੀ ਦੇਣਗੇ ਘਰੋਂ ਆਪਾਂ ਕੋਈ ਬਾਹਰ ਘਰ ਲੈ ਲਾਂਗੇ ਤੇਰੀ ਜੌਬ ਤਾਂ ਹੈਗੀ ਆ ਉਹ ਤਾਂ ਕਿਧਰੇ ਨਹੀਂ ਗਈ ਉਹ ਕਿੱਥੋਂ ਲੈ ਲਾਂਗੇ ਘਰ ਕੋਈ ਰੁਪਈਆ ਨਹੀਂ ਕੋਈ țeela ਨਹੀਂ ਘਰੇ ਰਾਸ਼ਨ ਮੁੱਕਿਆ ਪਿਆਗਾ ਨਾ ਤੂੰ ਤਾਂ ਮਨੇ ਕੋਈ ਕਹਿੰਦਾ ਸੀ ਕਿ ਮੇਰੇ ਕੋਲ ਪੈਸੇ ਜੁੜੇ ਹੋਇਆ ਕੋਠੀ ਲਵਾਂਗੇ ਆਪਾਂ ਉਹ ਪੈਸੇ ਕਿਧਰ ਗਏ ਫਿਰ ਉਹ ਤੇਰਾ ਸਿਆਪਾ ਕਰਿਆ ਮੇਰਾ ਨਹੀਂ ਸਿਆਪਾ ਕੀਤਾ ਆਪਦਾ ਹੀ ਸਿਆਪਾ ਕੀਤਾ ਸੀ ਉਹ ਪੈਸੇ ਨੇ ਤੂੰ ਹੀ ਨੌਕਰੀ ਲੱਗਿਆ ਸੀ ਮੈਂ ਨਹੀਂ ਆਹੋ ਫਿਰ ਨੌਕਰੀ ਲੱਗਿਆ ਉਦੋਂ ਜੇ ਨੌਕਰੀ ਤੋਂ ਜਿਹੜੇ ਪੈਸੇ ਆਇਆ ਕਦੇ 5000 ਦਾ ਸੂਟ ਸਵਾਲਿਆ ਕਦੇ 10000 ਦਾ ਸੂਟ ਸਵਾਲਿਆ ਕਦੇ ਇੱਧਰ ਜ ਔਰ ਮੇਰੀ ਗੱਲ ਸੁਣ ਲੈ ਹੁਣ ਨਹੀਂ ਪਾਉਂਦੀ ਸੂਟ ਜੇ ਉਹ ਤਾਂ ਉਹਦੀ ਕਹਿੰਦੀ ਸੀਗੀ ਲਿਆ ਮੈਨੂੰ ਅੱਜ ਇਨੇ ਪੈਸੇ ਦੇ ਦੇਂਗਾ ਸੂਟ ਲੈ ਕੇ ਆਉਣਾ ਸੂਟ ਲੈ ਕੇ ਆਉਣਾ ਹੁਣ ਪਾਣਾ ਸੂਟ ਹੁਣ ਤੈਨੂੰ ਦਿਖਦਾਗਾ ਈ ਦੇਖਦਾ ਤੇ ਤੇਰੇ ਮੁੰਨੂ ਨੇ ਕੁਛ ਮੰਗਦੀ ਪੈਸੇ ਮੈਂ ਤਾਂ ਤੇਰਾ ਇੰਨਾ ਸੋਚਦੀਆਂ ਤੂੰ ਉਲਟੋ ਮੈਨੂੰ ਕਹਿਣਾ ਸਾਰਾ ਕੁਛ ਉਹ ਕੀ ਸੋਚਦੀਆਂ ਤੂੰ ਤੇਰੇ ਵੀ ਜਿਹਦਾ ਕੰਡੇ ਹੁਣ ਚੁੱਕ ਕੇ ਆਇਆ ਰਾਜਪਾਲ ਮੇਰੀ ਗੱਲ ਸੁਣ ਲੈ ਰਾਜਪਾਲ ਨਾਲ ਨਾ ਮੈਂ ਐ ਹੱਥ ਜੋੜ ਕੇ ਮਿੰਤਾ ਕਰਕੇ ਆਇਆ ਮੈਂ ਕਿਹਾ ਬਾਜੀ ਬਣ ਕੇ ਆਹ ਕਲੇਸ ਟਕਾ ਦੇ ਉਦੋਂ ਤੇ ਉਦੋਂ ਤੂੰ ਉਹਨੂੰ ਬੋਲ ਪੀ ਜਾ ਕੇ ਹਰਪ੍ਰੀਤ ਨੂੰ ਤੈਨੂੰ ਲੋੜ ਕੀ ਸੀ ਬੋਲਣ ਦੀ ਨਾ ਲੋੜ ਕੀ ਰਾਜਪਾਲ ਦੀ ਮਿੰਤਾ ਕਰਨ ਦੀ ਨਾ ਤੈਨੂੰ ਚੱਜਦਾ ਬੰਦਾ ਨਹੀਂ ਥਿਆਉਂਦਾ ਓਏ ਚੱਜਦਾ ਹੀ ਆਹੋ ਜਿਹੜਾ ਬੰਦਾ ਕਲੇਸ ਟਕਾਈ ਜਾਂਦਾਗਾ ਕਿਉਂ ਤੂੰ ਐਵੇਂ ਬਕਵਾਸ ਮਾਰਦੀ ਐ ਜਿਹੜਾ ਬ ਨਾ ਕੀ ਨਵੇੜਾ ਕਰਨਾ ਤੂੰ ਹੁਣੇ ਕਰ ਲੈ ਨਵੇੜਾ ਨਵੇੜਾ ਕਰਨਾ ਨਾਲ ਨਾ ਬਾਲਾ ਜਲੂਸ ਜਾਣ ਕੜੇ ਮੇਰੀ ਮਾਂ ਹੀ ਹੋਈ ਉਹ ਪਹਿਲਾਂ ਹੀ ਦੁਖੀ ਆ ਵਿਚਾਰੀ ਦੁਖੀ ਆ ਵਿਚਾਰੀ ਨਾਲਾ ਤੈਨੂੰ ਮੇਰੀ ਮਾਂ ਦਾ ਦੁੱਖ ਤਾਂ ਦੱਸਿਆ ਨਹੀਂਗਾ ਉਹਨੂੰ ਮਾਰ ਮਾਰ ਧੱਕੇ ਘਰੋਂ ਕੱਢਦਾ ਹੁਣ ਆ ਜਿਹੜੀ ਦੇਖ ਲੈ ਕਿਵੇਂ ਮਿਰਚਾਂ ਲੱਗਦੀਆਂ ਨੇ ਚਲ ਠੀਕ ਹੈ ਮੈਂ ਤਾਂ ਘਰੋਂ ਕੱਢਦਾ ਸੀ ਤੂੰ ਵਾਪਸ ਕਿਉਂ ਨਹੀਂ ਲੈ ਕੇ ਆਇਆ ਫਿਰ ਲਿਆਉਂਦਾ ਨਾ ਉਹਦੀ ਜਦ ਮੈਂ ਘਰੋਂ ਕੱਢਿਆ ਸੀ ਉਹ ਗਿਆ ਸੀਗਾ ਜਦੋਂ ਜਦੋਂ ਉਹਨੂੰ ਤੂੰ ਇੰਨੇ ਦੁੱਖ ਦਿੱਤੇ ਕਿਵੇਂ ਆਉਂਦੀ ਵਾਪਸ ਉਹ ਮੈਂ ਕੱਲੀਂ ਦਿੱਤੇ ਤੂੰ ਵੀ ਬਥੇਰਾ ਕੁਝ ਬੋਲਦਾ ਹੁੰਦਾ ਸੀਗਾ ਮਾਂ ਨੂੰ ਓਏ ਉਂਗ ਯਾਰ ਥੋਡੇ ਤੋਂ ਨਹੀਂ ਕੋਈ ਜਿੱਤ ਸਕਦਾ ਜੇ ਥੋਡੀ ਗੱਲ ਮੰਨ ਲੋ ਤਾਂ ਮਾੜਾ ਜੇ ਨਾਮ ਨੂੰ ਤਾਂ ਮਾੜਾ ਬਸ ਚਲ ਠੀਕ ਐ ਬਾਹਲੇ ਮੇਰੇ ਨਾਲ ਲਹੂ ਜਾਂ ਅੱਪੀ ਜਾ ਕੇ ਮਾਣਾ ਗੱਲ ਕਰ ਲੈ ਉਹ ਮੈਂ ਨਹੀਂ ਕਰਦਾ ਗੱਲਬਾਤ ਉਹਨਾਂ ਨਾਲ ਕਰ ਲੈ ਗੱਲ ਬਾਅਦ ਚ ਕਹੇਗੀ ਬੋਲ ਤਾਂ ਉਹਨੂੰ ਕੁਛ ਨਾ ਬੋਲਿਆ ਲੈ ਕਮਾਲੀ ਹੋਈ ਪਈ ਐਵੇਂ ਆਕੜੀ ਜਾਂਦਾ ਮੇਰੇ ਤੇ ਅੱਜ ਦਾ ਦੇਦਾ ਭਰਾ ਨਹੀਂ ਹੈਗਾ ਜਿਹੜਾ ਤੇ ਕੁਛ ਹਾਰਾ ਕੁਛ ਲਈ ਜਾਂਦਾ ਵਾਪਸ ਤੇ ਆਕੜਾ ਮੇਰੇ ਤੇ ਕਰਦਾ